ਕਿ ਸਿੱਧੂ ਮੂਸੇ ਵਾਲਾ ਜਿਹੜਾ ਹੈ ਜਦੋਂ ਉਹ ਇਸ ਜਹਾਨ ਚ ਸੀ ਜਿਉਂਦੇ ਸੀ ਤਾਂ ਉਦੋਂ ਕਾਂਗਰਸ ਉਹਨਾਂ ਨੇ ਜੁਆਇਨ ਕੀਤੀ ਸੀ, ਯਾਦ ਹੋਵੇ ਤਾਂ 2022 ਦਾ ਜਿਹੜਾ ਇਲੈਕਸ਼ਨ ਸੀਗਾ। ਤਾਂ ਮਾਨ ਸਾਹਿਬ ਨੂੰ ਉਦੋਂ ਕਿਉਂ ਇਹ ਜਿਹੜਾ ਹੈਗਾ ਹਿਰਖ ਨੀ ਚੜਿਆ ਹੈਗਾ ਕਿ ਬਈ ਜੀ ਉਹ ਕਾਂਗਰਸ ਵੱਲੋਂ ਕਿਉਂ ਕਿਉਂ ਜੁਆਇਨ ਕਰ ਲਿਆ ਉਹਨਾਂ ਨੇ? ਸਿਮਰਜੀਤ ਸਿੰਘ ਮਾਨ ਹੋਰਾਂ ਦੀ ਅੱਖ ਸ਼ਾਇਦ ਉਸ ਗ੍ਰਾਫ ਤੇ ਸੀ, ਉਹ ਵੀ ਵੋਟ ਦੀ ਰਾਜਨੀਤੀ ਜਿਹੜੀ ਹੈ, ਹੁਣ ਤਾਂ ਕਈ ਇਲੈਕਸ਼ਨ ਲੜ ਰਹੇ ਨੇ ਤੇ ਸਿਮਰਜੀਤ ਸਿੰਘ ਮਾਨ ਜਿਹੜੇ ਹੈਗੇ ਆ ਉਹ ਵੀ ਕੋਈ ਬਾਕੀ ਦੇ ਜਿਹੜੀਆਂ ਪਾਰਟੀਆਂ ਉਮੀਦਵਾਰ ਉਹਨਾਂ ਦੀਆਂ ਜਿਹੜੀਆਂ ਰਣਨੀਤੀਆਂ ਹੈਗੀਆਂ ਉਹ ਹੈਗੀਆਂ ਵੋਟ ਸੈਂਟਰ, ਵੋਟ ਕਿਵੇਂ ਮਿਲਣੀ ਚਾਹੀਦੀ ਹੈ। ਬਿਆਨ ਦੇਣ ਦਾ ਕੀ ਮਤਲਬ ਹੈਗਾ ਜੇ ਇਹਦੇ ਨਾਲ ਕੋਈ ਫਰਕ ਹੀ ਨਹੀਂ ਪੈਣਾ? ਕਾਂਗਰਸ ਦੇ ਹੱਕ ਦੇ ਵਿੱਚ ਬਲਕੌਰ ਸਿੰਘ ਸਿੱਧੂ ਜਲੰਧਰ ਗਏ ਸੀਗੇ ਤਾਂ ਉਦੋਂ ਵੀ ਕੋਈ ਇਹੋ ਜਿਹਾ ਇਹਨਾਂ ਨੂੰ ਕੋਈ ਓਬਜੈਕਸ਼ਨ ਨਹੀਂ ਹੋਇਆ ਮਾਨ ਸਾਹਿਬ? ਔਰ ਸਿੱਧੂ ਬਲਕੌਰ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਕੀਤਾ ਉਹ ਨਿਸ਼ਚਿਤ ਤੌਰ ਤੇ ਕਾਂਗਰਸ ਪਾਰਟੀ ਜਿਹੜੀ ਹੈਗੀ ਉਹਨੂੰ ਇਸ ਗੱਲ ਦਾ ਤਾਂ ਜ਼ਰੂਰ ਫਾਇਦਾ ਹੋਊਗਾ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਕਾਂਗਰਸ ਪਾਰਟੀ ਦੇ ਨਾਲ। SMTV ਦੇ ਸਿਆਸਤ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਜਿੱਥੇ ਤੁਸੀਂ ਸਿਮਰਜੋਤ ਸਿੰਘ ਮੱਕੜ ਨੂੰ ਸੁਣਦੇ ਸੀਗੇ, ਹੁਣ ਸਾਡੇ ਨਾਲ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਕੰਮ ਕਰ ਚੁੱਕੇ ਸੀਨੀਅਰ ਪੱਤਰਕਾਰ ਰਾਜੂ ਵਿਲੀਅਮ ਵੀ ਇਸ ਪ੍ਰੋਗਰਾਮ ਦੇ ਵਿੱਚ ਜੁੜਿਆ ਕਰਨਗੇ। ਉਹਨਾਂ ਦੇ ਨਾਲ ਵੀ ਜਿਹੜਾ ਸਿਆਸਤ ਦੇ ਉੱਤੇ ਚਰਚਾ ਕਰਿਆ ਕਰਾਂਗੇ, ਹਰ ਰੋਜ਼ ਜਿਹੜਾ ਅਸੀਂ ਇਹ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਤੁਹਾਨੂੰ ਜਿਹੜਾ ਪ੍ਰੋਗਰਾਮ ਪ੍ਰੋਵਾਈਡ ਕਰਵਾਇਆ ਜਾਂਦਾ ਸੀ ਉਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਦਰਸ਼ਕਾਂ ਦੇ ਲਈ ਅਸੀਂ ਇਹ ਪ੍ਰੋਗਰਾਮ ਦੁਬਾਰਾ ਲੈ ਕੇ ਆ ਰਹੇ ਹਾਂ। ਸਿਮਰਜੋਤ ਸਿੰਘ ਮੱਕੜ ਵੀ ਇਸ ਪ੍ਰੋਗਰਾਮ ਦੇ ਵਿੱਚ ਰਹਿਣਗੇ ਪਰ ਰਾਜੂ ਵਿਲੀਅਮ ਜਿਹੜੇ ਸਾਡੇ ਨਾਲ ਜ਼ਿਆਦਾ ਇਸ ਪ੍ਰੋਗਰਾਮ ਦੇ ਵਿੱਚ ਜੁੜਿਆ ਕਰਨਗੇ ਤਾਂ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਉਹ ਪਹਿਲੀ ਵਾਰ ਜੁੜਨ ਜਾ ਰਹੇ ਨੇ ਤਾਂ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਰਾਜੂ ਵਿਲੀਅਮ ਜੀ, ਪਹਿਲਾਂ ਤਾਂ SMTV ਦੇ ਉੱਤੇ ਸਾਡੇ ਸਿਆਸਤ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, SMTV ਦਾ, ਸਿਮਰਨਜੋਤ ਸਿੰਘ ਮੱਕੜ, ਰਾਜਦੀਪ ਭੁੱਲਰ ਜੀ ਤੁਹਾਡਾ, ਔਰ ਤੁਹਾਨੂੰ ਵੇਖਣ ਵਾਲੇ ਜਿੰਨੇ ਵੀ ਸਰੋਤੇ ਨੇ, ਕਿਉਂਕਿ SMTV ਔਰ ਸਿਮਰਨਜੋਤ ਸਿੰਘ ਮੱਕੜ ਜਿਹੜੇ ਹੈਗੇ ਆ ਕਾਫੀ ਅਰਸੇ ਤੋਂ ਇਸ ਖੇਤਰ ਦੇ ਵਿੱਚ ਬਹੁਤ ਮਹੱਤਵਪੂਰਨ ਉਹਨਾਂ ਦਾ ਇੱਕ ਯੋਗਦਾਨ, ਔਰ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਤੁਹਾਡੇ ਨਾਲ ਤੁਹਾਡੇ ਇਸ ਮੰਚ ਤੇ ਜੁੜ ਕੇ। ਜੀ ਜੀ ਰਾਜੂ ਜੀ, ਪਹਿਲਾਂ ਸਵਾਲ ਲਵਾਂਗੇ, ਸਿਆਸਤ ਪੂਰੀ ਤਰ੍ਹਾਂ ਭੱਗ ਚੁੱਕੀ ਆ, ਪਹਿਲਾ ਸਵਾਲ ਮੇਰਾ ਹੈ ਕਿ ਸਿਮਰਜੀਤ ਸਿੰਘ ਮਾਨ ਜੋ ਕਿ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਹਨ, ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਪਿਤਾ ਬਲਕੌਰ ਸਿੰਘ ਨੇ ਜੋ ਸੁਖਪਾਲ ਸਿੰਘ ਖਹਿਰਾ ਜਾਂ ਕਾਂਗਰਸੀ ਉਮੀਦਵਾਰਾਂ ਦੀ ਜੋ ਚੋਣ ਪ੍ਰਚਾਰ ਦੇ ਵਿੱਚ ਜਾ ਕੇ ਮਦਦ ਕੀਤੀ ਆ ਉਹ ਇੱਕ ਇਤਿਹਾਸਿਕ ਗਲਤੀ ਆ, ਕੀ ਇਸ ਬਿਆਨ ਦੇ ਨਾਲ ਕਿੰਨਾ ਕੁ ਜ਼ਿਆਦਾ ਜਿਹੜਾ ਫਰਕ ਪਵੇਗਾ ਸਿਆਸਤ ਦੇ ਅੰਦਰ, ਜਾਂ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਬਿਆਨ ਦੇ ਨਾਲ ਰਾਜਦੀਪ ਜੀ ਕੋਈ ਮੈਨੂੰ ਨਹੀਂ ਲੱਗਦਾ ਕਿ ਧਰਾਤਲ ਤੇ ਫਰਕ ਪੈਣ ਵਾਲਾ ਹੈ, ਲੇਕਿਨ ਇਹ ਬਿਆਨ ਜਿਹੜਾ ਹੈਗਾ ਹੈ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਇੱਕ ਜਿਹੜੀ ਹਤਾਸ਼ਾ ਹੈਗੀ ਆ ਉਹਨੂੰ ਦਰਸਾਉਂਦਾ ਹੈਗਾ। ਮੈਂ ਵੀ ਇਹ ਸੁਣਿਆ ਹੈ ਉਹਦੇ 'ਚ ਉਹਨਾਂ ਨੇ ਇਹ ਵੀ ਸ਼ਬਦ ਇਸਤੇਮਾਲ ਕੀਤੇ ਨੇ ਕਿ ਜੀ ਮੈਂ ਬੌਂਦਲਿਆ ਹੋਇਆ ਹੈਗਾ ਤੇ ਮੇਰਾ ਮਨ ਜਿਹੜਾ ਹੈਗਾ ਬਹੁਤ ਖਰਾਬ ਹੈ। ਜਦੋਂ ਤੋਂ ਉਹਨਾਂ ਨੇ ਸੁਣਿਆ ਇਸ ਤਰ੍ਹਾਂ ਬਲਕੌਰ ਸਿੰਘ ਸਿੱਧੂ ਜਿਹੜੇ ਹੈਗੇ ਨੇ ਮਰਹੂਮ ਸਿੱਧੂ ਮੂਸੇਵਾਲਾ ਸ਼ੁਭਦੀਪ ਦੇ ਪਿਤਾ ਨੇ, ਔਰ ਉਹਨਾਂ ਨੇ ਨਾ ਸਿਰਫ ਸੰਗਰੂਰ ਬਲਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਜਿਹੜੀ ਹੈ ਉਹ ਜਿਹੜੀ ਹਮਾਇਤ ਜਿਹੜੀ ਹੈਗੀ ਹੈ ਉਹ ਜਿਹੜੀ ਦਿੱਤੀ ਹੈਗੀ। ਸੋ ਇਹ ਨਵੀਂ ਗੱਲ ਨਹੀਂ ਹੈਗੀ ਕਿ ਮੈਨੂੰ ਸਿਮਰਨਜੀਤ ਸਿੰਘ ਮਾਨ ਦਾ ਮੈਨੂੰ ਕਿ ਦੂਸਰਿਆਂ ਨੂੰ ਵੀ ਲੱਗੂਗਾ ਸਿਮਰਨਜੀਤ ਸਿੰਘ ਮਾਨ ਜਿਹੜੇ ਹੈਗੇ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਹੈ ਜਦੋਂ ਉਹ ਇਸ ਜਹਾਨ ਚ ਸੀ ਜਿਉਂਦੇ ਸੀ ਤਾਂ ਉਦੋਂ ਕਾਂਗਰਸ ਉਹਨਾਂ ਨੇ ਜੁਆਇਨ ਕੀਤੀ ਸੀਗੀ, ਯਾਦ ਹੋਵੇ ਤਾਂ 2022 ਦਾ ਜਿਹੜਾ ਇਲੈਕਸ਼ਨ ਸੀਗਾ ਅਸੈਂਬਲੀ ਦਾ, ਔਰ ਬਕਾਇਦਾ ਉਹਨਾਂ ਨੇ ਚੋਣ ਵੀ ਲੜੀ। ਤਾਂ ਮਾਨ ਸਾਹਿਬ ਨੂੰ ਉਦੋਂ ਕਿਉਂ ਇਹ ਜਿਹੜਾ ਹੈਗਾ ਹਿਰਖ ਨਹੀਂ ਚੜਿਆ ਹੈਗਾ
ਕਿ ਬਈ ਜੀ ਉਹ ਕਾਂਗਰਸ ਵੱਲੋਂ ਕਿਉਂ ਕਿਉਂ ਜੁਆਇਨ ਕਰ ਲਿਆ ਉਹਨਾਂ ਨੇ, ਉਹ ਤਾਂ ਉਹਨਾਂ ਦੀ ਇੱਕ ਜਿਹੜੀ ਬੇਵਕਤੀ ਔਰ ਬਹੁਤ ਮਤਲਬ ਮੰਦਭਾਗਾ ਜਿਹੜਾ ਹੋਇਆ, ਉਹਨਾਂ ਦੀ ਮੌਤ ਹੋਈ ਆ। ਉਸ ਤੋਂ ਬਾਅਦ ਜਿਹੜਾ ਮੈਨੂੰ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਹੋਰਾਂ ਦਾ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਇੱਕ ਉਹਨਾਂ ਦਾ ਗ੍ਰਾਫ ਜਿਹੜਾ ਬੜੀ ਤੇਜ਼ੀ ਨਾਲ ਵਧਿਆ, ਮੈਨੂੰ ਲੱਗਦਾ ਹੈ ਕਿ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਅੱਖ ਸ਼ਾਇਦ ਉਸ ਗ੍ਰਾਫ ਤੇ ਸੀ। ਉਹ ਵੀ ਵੋਟ ਦੀ ਰਾਜਨੀਤੀ ਜਿਹੜੀ ਹੈ, ਹੁਣ ਤਾਂ ਕਈ ਇਲੈਕਸ਼ਨ ਲੜ ਰਹੇ ਨੇ ਤੇ ਸਿਮਰਜੀਤ ਸਿੰਘ ਮਾਨ ਜਿਹੜੇ ਹੈਗੇ ਆ ਉਹ ਵੀ ਕੋਈ ਬਾਕੀ ਦੇ ਜਿਹੜੀਆਂ ਪਾਰਟੀਆਂ ਉਮੀਦਵਾਰ ਉਹਨਾਂ ਦੀਆਂ ਜਿਹੜੀਆਂ ਰਣਨੀਤੀਆਂ ਹੈਗੀਆਂ ਉਹ ਹੈਗੀਆਂ ਵੋਟ ਸੈਂਟਰ, ਵੋਟ ਕਿਵੇਂ ਮਿਲਣੀ ਚਾਹੀਦੀ ਹੈ। ਤਾਂ ਇਸ ਕਰਕੇ ਉਹ ਵੀ ਜਾਣਦੇ ਨੇ, ਤਜਰਬਾਕਾਰ ਨੇ, ਤੇ ਉਹਨਾਂ ਨੂੰ ਲੱਗਿਆ ਹੈ ਕਿ ਬਈ ਏਦਾਂ ਕਰਨ, ਅਦਰਵਾਈਜ਼ ਤਾਂ ਰਾਜੀ ਬਿਆਨ ਦੇਣ ਦਾ ਕੀ ਮਤਲਬ ਹੈਗਾ ਜੇ ਇਹਦੇ ਨਾਲ ਕੋਈ ਫਰਕ ਹੀ ਨਹੀਂ ਪੈਣਾ, ਠੀਕ ਹੈ ਜੀ, ਕਿ ਸਿਮਰਨਜੀਤ ਸਿੰਘ ਮਾਨ ਨੂੰ। ਲੇਕਿਨ ਕਾਂਗਰਸ ਨੂੰ ਜਿਹੜਾ ਹੈਗਾ ਉਹਦੇ ਹੱਕ ਚ ਜਾਂਦਾ, ਸਿਮਰਨਜੀਤ ਸਿੰਘ ਮਾਨ ਜਿਹੜੇ ਹੈਗੇ ਉਹ ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਦਰਅਸਲ ਸਮੱਸਿਆ ਕੀ ਹੁੰਦੀ ਹੈ ਕਿ ਜਦੋਂ ਚੋਣਾਂ ਇਸ ਲੈਵਲ ਤੇ ਪਹੁੰਚ ਜਾਂਦੀਆਂ ਨੇ, ਉਸ ਪੜਾਅ ਚ ਜਿੱਥੇ ਹੋਣਾ ਹੈ, ਉੱਥੇ ਜਾ ਕੇ ਇਹ ਜਿਹੜਾ ਪਰਸੈਪਸ਼ਨ ਦੀ ਖੇਡ ਹੁੰਦੀ ਹੈ ਰਾਜਨੀਤੀ, ਵੀ ਇਹ ਕਿਵੇਂ ਜਿਤਾਉਣਾ, ਸ਼ਾਇਦ ਇਹਦੇ ਚ ਕੋਈ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਲੋਕ ਕਹਿਣ ਕੇ ਵੀ ਦੇਖੋ ਇਹ ਤਾਂ ਸਿਮਰਨਜੀਤ ਸਿੰਘ ਮਾਨ ਜਿਹੜੇ ਹੈਗੇ ਹੈ ਉਹ ਜਿਹੜੇ ਇੱਕ ਪੰਥਕ ਸਿਆਸਤ ਲਈ ਖੜੇ ਨੇ, ਔਰ ਸ਼ੁਭਦੀਪ ਜਿਹੜੇ ਸੀਗੇ ਮੂਸੇਵਾਲਾ ਉਹਨਾਂ ਨੇ ਆਪਣੇ ਗੀਤਾਂ ਰਾਹੀਂ ਵੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਹੋਰਾਂ ਦੀ ਗੱਲ ਕੀਤੀ ਹੈ, ਤਾਂ ਵੀ ਉਹ ਮੇਰੇ ਨਾਲ ਹੁੰਦੇ ਤਾਂ ਉਹ ਬਹੁਤ ਵਧੀਆ ਹੁੰਦਾ, ਇਹਨਾਂ ਨੂੰ ਉਸ ਚੀਜ਼ ਦਾ ਫਾਇਦਾ ਹੁੰਦਾ। ਸੋ ਦੋਨੋਂ ਚੀਜ਼ਾਂ ਹੈਗੀਆਂ ਨੇ, ਜਿਹੜਾ ਅਸਲੀ ਫਰਕ ਪਿਆ ਕਿ ਨਹੀਂ ਪਿਆ ਉਹ ਨਤੀਜੇ ਦੱਸਦੇ ਹੁੰਦੇ ਨੇ, ਲੇਕਿਨ ਮੈਨੂੰ ਨਹੀਂ ਲੱਗਦਾ ਗਾ ਗਰਾਊਂਡ ਤੇ ਕੋਈ ਇਹੋ ਜਿਹਾ ਫਰਕ ਪੈਣ ਵਾਲਾ ਹੈਗਾ ਇਸ। ਪਰ ਇਸ ਬਿਆਨ ਜੇ ਬਲਕਾਰ, ਹਾਂਜੀ ਇੱਕ ਮਿੰਟ ਗੱਲ ਖਤਮ ਕਰਦਾ, ਜੇ ਬਲਕੌਰ ਸਿੰਘ ਸਿੱਧੂ ਹੋਰਾਂ ਨੇ ਕਾਂਗਰਸ ਨੂੰ ਦੇ ਨਾਲ ਖੜੇ ਹੈਗੇ ਨੇ ਤਾਂ ਉਹ ਹੁਣ ਨਹੀਂ ਹੈਗੇ। ਤੁਸੀਂ ਜਲੰਧਰ ਦੀ ਜਿਹੜੀ ਜਿਮਨੀ ਚੋਣ ਹੋਈ ਸੀਗੀ 2000 ਆਪਣੀ 23 ਵਾਲੀ ਜਿਹੜੀ ਹੈਗੀ ਹੈ, ਤਾਂ ਉਹਦੇ ਵਿੱਚ ਵੀ ਤਾਂ ਇਹ ਉੱਥੇ ਪ੍ਰਚਾਰ ਕਰਨ ਗਏ ਸੀਗੇ ਇਹਨਾਂ ਦੇ ਹੱਕ ਦੇ ਵਿੱਚ, ਕਾਂਗਰਸ ਦੇ ਹੱਕ ਦੇ ਵਿੱਚ ਬਲਕੌਰ ਸਿੰਘ ਸਿੱਧੂ ਜਲੰਧਰ ਗਏ ਸੀਗੇ, ਤਾਂ ਉਦੋਂ ਵੀ ਕੋਈ ਇਹੋ ਜਿਹਾ ਇਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੋਇਆ ਮਾਨ ਸਾਹਿਬ ਨੂੰ। ਤੇ ਹੁਣ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਲੱਗਦਾ ਕਿ ਵੀ ਇਹ ਜੇ ਸਾਡੇ ਵੱਲ ਆਉਂਦੇ ਤਾਂ ਸਾਨੂੰ ਫਾਇਦਾ ਹੋ ਜਾਂਦਾ, ਜਾਂ ਇਹ ਬਿਆਨ ਦੇਣ ਦੇ ਨਾਲ ਕੋਈ ਹਮਦਰਦੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਅਕਾਲੀ ਦਲ ਨੂੰ ਮਿਲ ਸਕਦੀ ਹੈਗੀ, ਕਿਉਂਕਿ ਬਠਿੰਡਾ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਉਮੀਦਵਾਰ ਪਹਿਲਾਂ ਵੀ ਲੜੇ ਨੇ, ਕੀ ਨਾਮ ਉਹਨਾਂ ਦਾ, ਲੱਖਾ ਸਿੰਘ ਸਿਧਾਣਾ, ਇਸ ਵਾਰ ਲੱਖਾ ਸਿਧਾਣਾ ਜਿਹੜੇ ਹੈ ਉਹਨਾਂ ਨੂੰ ਉਹਨਾਂ ਨੇ ਹਮਾਇਤ ਕੀਤੀ ਹੈਗੀ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਬੜਾ ਫਰਕ ਪੈਣ ਲੱਗਦਾ, ਔਰ ਸਿੱਧੂ ਬਲਕੌਰ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਕੀਤਾ ਉਹ ਨਿਸ਼ਚਿਤ ਤੌਰ ਤੇ ਕਾਂਗਰਸ ਪਾਰਟੀ ਜਿਹੜੀ ਹੈਗੀ ਉਹਨੂੰ ਇਸ ਗੱਲ ਦਾ ਤਾਂ ਜ਼ਰੂਰ ਫਾਇਦਾ ਹੋਊਗਾ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਜੀ। ਰਾਜੂ ਜੀ, ਇੱਕ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਲਗਾਤਾਰ ਵਾਇਰਲ ਹੋ ਰਿਹਾ, ਜਿਸ ਦੇ ਉੱਤੇ ਵੱਖ ਵੱਖ ਸਿਆਸਤਦਾਨ, ਚਾਹੇ ਉਹ ਮੁੱਖ ਮੰਤਰੀ ਪੰਜਾਬ ਹੋਣ, ਚਾਹੇ ਰਵਨੀਤ ਬਿੱਟੂ ਹੋਣ, ਜਾਂ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ, ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ, ਤਾਂ ਉਹਨਾਂ ਦੇ ਵੱਲੋਂ ਵੀ ਉਸ ਬਿਆਨ ਦੇ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ, ਜਿਸ ਬਿਆਨ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਕਿਸੇ ਵੀ ਗੈਰ ਪੰਜਾਬੀ ਨੂੰ ਪੰਜਾਬ ਦੇ ਅੰਦਰ ਨੌਕਰੀ ਨਾ ਮਿਲੇ, ਤਾਂ ਉਹ ਬਿਆਨ ਜਿਹੜਾ ਕਿਹਾ ਜਾ ਰਿਹਾ ਕਿ ਇੱਥੇ ਗੈਰ ਪੰਜਾਬੀ ਪ੍ਰਵਾਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਵੱਧਦੇ ਜਾ ਰਹੇ ਨੇ, ਉਸ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਕਿ ਬਾਕੀ ਸੂਬਿਆਂ ਦੇ ਵਿੱਚ ਜਿਹੜਾ ਦੂਜੇ ਸੂਬੇ ਤੋਂ ਆਏ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਘਰ ਬਣਾਉਣ ਦੇ ਨਹੀਂ ਮਿਲਦੇ, ਉੱਥੇ ਕਾਨੂੰਨ ਹੈਗੇ ਅਤੇ ਪੰਜਾਬ ਦੇ ਵਿੱਚ ਵੀ ਇਹ ਬਣਨਾ ਚਾਹੀਦਾ। ਪਰ ਇਸ ਨੂੰ ਲੈ ਕੇ ਜਿਹੜੇ ਦੂਜੇ ਸਿਆਸਤਦਾਨ ਨੇ, ਵਿਰੋਧੀ ਸਿਆਸਤਦਾਨ ਕਹੀਏ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਰਵਨੀਤ ਬਿੱਟੂ ਵੀ ਇਹਦੇ ਉੱਤੇ ਤੰਜ ਕੱਸਦੇ ਨਜ਼ਰ ਆਏ, ਮੁੱਖ ਮੰਤਰੀ ਮਾਨ ਨੇ ਵੀ ਇਹਦੇ ਉੱਤੇ ਤੰਜ ਕੱਸਿਆ, ਉਹ ਵੀ ਕਹਿੰਦੇ ਕਿ ਸਾਡੇ ਪੰਜਾਬੀ ਵੀ ਬਾਹਰਲੇ ਸੂਬਿਆਂ ਦੇ ਵਿੱਚ ਕੰਮ ਕਰਦੇ ਆ, ਫਿਰ ਇਸ ਤਰੀਕੇ ਦੇ ਨਾਲ ਤਾਂ ਸਾਡੇ ਬੱਚਿਆਂ ਦੇ ਨਾਲ ਵੀ ਇਹ ਕੁਝ ਹੋਵੇਗਾ ਜੇ ਅਸੀਂ ਅੱਜ ਇਹਨਾਂ ਦੇ ਨਾਲ ਇੰਜ ਕਰਾਂਗੇ। ਜੋ ਇਹ ਬਿਆਨ ਸੁਖਪਾਲ ਸਿੰਘ ਖਹਿਰਾ ਨੇ ਦਿੱਤਾ ਕਿ ਇਹ ਬਿਆਨ ਵਾਜਬ ਹੈ, ਜਾਂ ਜਿਸ ਤਰੀਕੇ ਦੇ ਨਾਲ ਇਸ ਦੇ ਉੱਤੇ ਸਿਆਸਤ ਹੋ ਰਹੀ ਆ, ਉਹ ਸਿਆਸਤ ਦਾ ਕਿੰਨਾ ਕੁ ਅਸਰ ਜਿਹੜਾ ਇਸ ਚੋਣਾਂ ਦੇ ਉੱਤੇ ਪਵੇਗਾ?
ਦੋ ਤਰੀਕੇ ਨੇ ਰਾਜਦੀਪ ਜੀ ਇਸ ਬਿਆਨ ਨੂੰ ਵੇਖਣ ਲਈ ਮੁੱਖ ਤੌਰ ਤੇ। ਇੱਕ ਤਾਂ ਇਹ ਹੈਗਾ ਕਿ ਆਪਾਂ ਲੋਕ ਜਿਹੜੇ ਪੰਜਾਬ 'ਚ ਰਹਿੰਦੇ ਹਾਂ ਔਰ ਪੰਜਾਬ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਰਾਜਨੀਤਿਕ ਧਿਰ ਹੈਗੀ ਆ, ਕਾਂਗਰਸ ਪਾਰਟੀ ਹੈਗੀ ਆ, ਉਹਦੇ ਇੱਕ ਉਮੀਦਵਾਰ ਹੈ ਔਰ ਉਹਨਾਂ ਨੂੰ ਸਪੈਸ਼ਲੀ, ਉਹ ਸੰਗਰੂਰ ਤੋਂ ਨਹੀਂ ਉਹਨਾਂ ਦੀ ਬਿਲੋਂਗ ਕਰਦੇ, ਉਹ ਕਪੂਰਥਲਾ ਜ਼ਿਲ੍ਹਾ ਹੈ, ਉਹ ਸਪੈਸ਼ਲੀ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਹੈਗਾ ਚੋਣ ਲੜਨ ਵਾਸਤੇ, ਨੰਬਰ ਵਨ। ਤਾਂ ਇੱਥੇ ਕੀ ਦੇਖਦੇ ਹੈਗੇ ਅਸੀਂ ਕਿ ਪੰਜਾਬ ਦੇ ਵਿੱਚ ਜਿਹੜੇ ਗੈਰ ਪੰਜਾਬੀ ਹੈ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਾਂ ਜ਼ਮੀਨ ਜਾਇਦਾਦ ਖਰੀਦਣ ਦਾ ਅਧਿਕਾਰ ਨਾ ਦਿੱਤਾ ਜਾ, ਇਹ ਗੱਲ ਹੁਣ ਕੀਤੀ ਹੈ ਸੁਖਪਾਲ ਸਿੰਘ ਖਹਿਰਾ ਜੀ ਨੇ ਇਲੈਕਸ਼ਨ ਦੇ ਤਰ੍ਹਾਂ, ਤਾਂ ਸਾਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਜਿਹੜੇ ਸਾਨੂੰ ਸੁਣਨ ਵਾਲੇ ਨੇ ਔਰ ਵੋਟਰ ਜਿਹੜੇ ਹੈਗੇ ਨੇ ਉਹ ਜਾਣਦੇ ਨੇ, ਪੋਲੀਟੀਕਲ ਪਾਰਟੀਆਂ ਉਮੀਦਵਾਰ ਉਹ ਹਰ ਹੀਲਾ ਹਰਬਾ ਵਰਤਦੇ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਯਤਨ ਕਰਦੇ ਨੇ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੇ। ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸੁਖਪਾਲ ਸਿੰਘ ਖਹਿਰਾ ਉਸ ਪਾਰਟੀ ਦੇ ਉਮੀਦਵਾਰ ਨੇ ਜਿਨ੍ਹਾਂ ਦੇ ਪ੍ਰਮੁੱਖ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਦੋ ਯਾਤਰਾਵਾਂ ਕੱਢੀਆਂ ਨੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ, ਉਹ ਯਾਤਰਾਵਾਂ ਕਿਹੜੀਆਂ? ਭਾਰਤ ਜੋੜੋ। ਸੁਖਪਾਲ ਸਿੰਘ ਖਹਿਰਾ ਜਿਹੜੀ ਗੱਲ ਕਰਦੇ ਨੇ ਇਹਦੇ ਨਾਲ ਭਾਰਤ ਜੁੜਦਾ ਕਿ ਟੁੱਟਦਾ? ਮਤਲਬ ਇਹ ਤਾਂ ਇਹ ਗੱਲ ਹੋ ਗਈ ਨਾ ਵੀ ਜਿਹੜਾ ਇਹ ਤਾਂ ਇਹ ਗੱਲ ਹੋ ਗਈ ਜਿਹੜਾ ਪਾਰਟੀ ਦਾ ਵੱਡਾ ਲੀਡਰ ਆ, ਲੀਡ ਕਰ ਰਿਹਾ, ਉਹ ਤਾਂ ਲੋਕਾਂ ਨੂੰ ਜੋੜਨ ਦੀਆਂ ਗੱਲਾਂ ਕਰ ਰਿਹਾ, ਪਰ ਜਿਹੜੇ ਇਹ ਲੀਡਰ ਆ ਗਏ ਸੁਖਪਾਲ ਸਿੰਘ ਖਹਿਰਾ ਹੋ ਗਏ, ਤੁਸੀਂ ਇਹ ਕਹਿੰਦੇ ਹੋ ਕਿ ਉਹਨਾਂ ਦੇ ਇਸ ਬਿਆਨ ਦੇ ਨਾਲ ਲੋਕ ਟੁੱਟਣਗੇ? ਬਿਲਕੁਲ, ਇਹ ਕੋਈ ਵਧੀਆ ਨਾ, ਸਿਰਫ ਇੱਥੇ ਜੇ ਇਹ ਬਿਆਨ ਪੂਰੀ ਤਰ੍ਹਾਂ ਤੇ ਪ੍ਰਚਾਰਕ ਕਰਦੀ ਨੇ ਜਿਹੜੇ ਵਿਰੋਧੀ ਧਿਰਾਂ ਹੈਗੀਆਂ ਨੇ, ਬਲਕਿ ਪੂਰੇ ਪੰਜਾਬ, ਨਾ ਸਿਰਫ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਵੀ, ਕਿਉਂਕਿ ਸੁਖਪਾਲ ਖਹਿਰਾ ਇੱਕ ਬੜਾ ਜਾਣਿਆ ਪਛਾਣਿਆ ਨਾਂ ਹੈਗਾ, ਉਹਨਾਂ ਨੂੰ ਆਪਣਾ ਮੀਡੀਆ 'ਚ ਰਹਿਣ ਦੀ ਵੀ ਮਤਲਬ ਵੀ ਬਹੁਤ ਰਹਿੰਦੀ ਹੈਗੀ ਹੈ, ਤੇ ਉਹ ਮੀਡੀਆ 'ਚ ਰਹਿੰਦੇ ਨੇ, ਇਸ ਕਰਕੇ ਜੋ ਬੋਲਦੇ ਨੇ ਉਚਰਦੇ ਨੇ, ਉਹਦਾ ਬਕਾਇਦਾ ਨੋਟਿਸ ਜਿਹੜਾ ਲਿਆ ਜਾਂਦਾ ਹੈਗਾ। ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਦਾ ਜਿਹੜਾ ਕੌਮੀ ਲੀਡਰਸ਼ਿਪ ਆ, ਬਲਕਿ ਪੰਜਾਬ ਦੀ ਲੀਡਰਸ਼ਿਪ ਹੈਗੀ ਹੈ, ਉਹ ਕੋਈ ਸਹਿਜ ਮਹਿਸੂਸ ਕਰਦੀ ਹੋਊਗੀ ਉਹਨਾਂ ਦੇ ਇਸ ਬਿਆਨ ਨਾਲ। ਉਹਦਾ ਕਾਰਨ ਹੈ ਕਿਉਂਕਿ ਜਦੋਂ ਇਹ ਬਿਆਨ ਅਸੀਂ ਸੁਣਦੇ ਹਾਂ ਤਾਂ ਸਿੱਧਾ ਸਿੱਧਾ ਹਰੇਕ ਦੇ ਮਨ 'ਚ ਆਉਂਦਾ ਕਿ ਜਿਹੜੇ ਪ੍ਰਵਾਸੀ ਸਾਡੇ ਇੱਥੇ ਕੰਮ ਕਰਦੇ ਨੇ, ਚਾਹੇ ਇੱਥੋਂ ਦੀ ਇੰਡਸਟਰੀ 'ਚ ਕੰਮ ਕਰਦੇ ਨੇ, ਹੈਂਜੀ, ਲੁਧਿਆਣਾ, ਜਲੰਧਰ, ਹੋਰ ਸਾਰੇ, ਜਾਂ ਫਿਰ ਉਹ ਸਾਡੇ ਜਿਹੜਾ ਖੇਤੀਬਾੜੀ ਦਾ ਜਿਹੜਾ ਸੈਕਟਰ ਉੱਥੇ ਕਰਦੇ ਨੇ। ਹਾਲਾਤ ਇਹ ਹੈ ਕਿ ਉਹਨਾਂ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦੀ ਖੇਤੀ ਜਿਹੜੀ ਹੈਗੀ ਪੰਜਾਬ ਦੇ ਵਿੱਚ, ਤਾਂ ਉਹ ਇੱਕ ਪੂਰਕ ਨੇ ਸਾਡੇ, ਜੀ, ਤਾਂ ਉੱਥੇ ਜਾ ਕੇ ਉਸ ਵਰਗ ਨੂੰ। ਅੱਛਾ, ਫਿਰ ਜਿਹੜੇ ਪੰਜਾਬੀ ਆਪਣੇ, ਅਸੀਂ ਲੋਕ, ਸਾਡੇ ਕਿੰਨੇ ਪੰਜਾਬੀ ਹੈ, ਸਪੈਸ਼ਲੀ ਸਿੱਖ ਜਿਹੜੇ ਹੈਗੇ ਨੇ ਪੰਜਾਬ ਤੋਂ ਬਾਹਰ ਵਸੇ ਹੋਏ ਨੇ, ਬਲਕਿ ਸਿੱਖ ਜਾਂ ਪੰਜਾਬੀ ਹੈ ਉਹ ਤਾਂ ਇਸ ਵੇਲੇ ਇੱਕ ਗਲੋਬਲ ਕਮਿਊਨਿਟੀ ਹੈਗੀ ਹੈ, ਪੂਰੀ ਦੁਨੀਆ 'ਚ ਵਸੇ ਹੋਏ ਨੇ। ਹੁਣ ਜੇ ਉੱਥੇ ਜਾ ਕੇ, ਹੁਣ ਮੰਨ ਲਓ ਪੰਜਾਬ ਤੋਂ ਬਾਹਰ ਜੇ ਕਹੀਏ ਜੀ, ਪੰਜਾਬੀ ਜਿਹੜੇ ਬਾਹਰ ਜਾਣਗੇ ਦੂਜੀਆਂ ਸਟੇਟਾਂ 'ਚ, ਉਹ ਕਹਿਣਗੇ ਜੀ ਇੱਥੇ ਇਹਨਾਂ ਨੂੰ ਜ਼ਮੀਨ ਲੈਣ ਦਾ ਅਧਿਕਾਰ ਨਹੀਂ, ਇਹਨਾਂ ਨੂੰ ਵੋਟ, ਖਾਸ ਕਰਕੇ ਵੋਟ ਦਾ ਅਧਿਕਾਰ, ਇਹ ਮੈਨੂੰ ਸਮਝ ਨਹੀਂ ਆਇਆ। ਖਹਿਰਾ ਸਾਹਿਬ ਜਿਹੜੇ ਆ ਨਾ, ਇਹ ਇੱਕ ਸਿੰਗਲ ਟਰੈਕ ਬੰਦੇ ਹੈਗੇ ਨੇ, ਇਹਨਾਂ ਨੂੰ ਭੁੱਲ ਜਾਂਦੇ ਨੇ ਕਿ ਮੈਂ ਕਿਸੇ ਪਾਰਟੀ ਦਾ, ਇਸੇ ਕਰਕੇ ਇਹਨਾਂ ਦੀ ਸਮਾਈ ਨਹੀਂ ਹੁੰਦੀ ਕਿਸੇ ਪਾਰਟੀ ਦੇ ਵਿੱਚ, ਕਿ ਬਈ ਪਾਰਟੀ ਦਾ ਧਿਆਨ ਨਹੀਂ ਰੱਖਦੇ। ਇਹਨਾਂ ਨੇ ਇੱਥੇ ਆਪਦਾ ਵੇਖਿਆ ਹੈਗਾ ਵੀ ਇਹਨਾਂ ਨੂੰ ਲੱਗਿਆ ਹੋਊਗਾ ਨਾ ਕਿ ਜੇ ਮੈਂ ਇਹੋ ਜਿਹਾ ਬਿਆਨ ਦੇਵਾਂ ਤਾਂ ਸ਼ਾਇਦ ਮੈਨੂੰ ਸੰਗਰੂਰ ਦੇ ਵਿੱਚ ਕੋਈ ਫਾਇਦਾ ਹੋ ਸਕਦਾ ਹੈਗਾ। ਪਰ ਤੁਹਾਨੂੰ ਲੱਗਦਾ ਫਾਇਦਾ ਹੋਊਗਾ ਇਸ ਚੀਜ਼ ਦੇ ਨਾਲ? ਮੈਨੂੰ ਨਹੀਂ ਲੱਗਦਾ ਹੈਗਾ ਕਿ ਫਾਇਦਾ, ਜੇ ਤੁਹਾਨੂੰ ਯਾਦ ਹੋਵੇ ਤਾਂ 2022 ਦਾ ਇਲੈਕਸ਼ਨ ਸੀਗਾ, ਇਲੈਕਸ਼ਨ ਵੋਟਾਂ ਪੈਣ ਤੋਂ ਮੇਰਾ ਖਿਆਲ ਇੱਕ ਜਾਂ ਦੋ ਦਿਨ ਪਹਿਲਾਂ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਉਸ ਵੇਲੇ ਮੁੱਖ ਮੰਤਰੀ ਦਾ ਚਿਹਰਾ ਸੀਗੇ, ਉਹਨਾਂ ਨੇ ਪ੍ਰਿਅੰਕਾ ਗਾਂਧੀ ਜੀ ਦੀ ਇੱਕ ਰੈਲੀ ਸੀਗੀ, ਉਹਦੀ ਮੌਜੂਦਗੀ ਦੇ ਵਿੱਚ ਸ਼ਰੇਆਮ ਇਹ ਬੋਲਤਾ ਸੀ ਸਟੇਜ ਤੋਂ ਵੀ ਇਹ ਬਾਹਰਲਿਆਂ ਨੂੰ ਭਜਾਓ, ਬਾਹਰਲਿਆਂ ਨੂੰ, ਇਹਨਾਂ ਨੂੰ ਯੂਪੀ ਬਿਹਾਰ ਵਾਲਿਆਂ ਨੂੰ ਭਜਾਓ, ਔਰ ਉਹਦਾ ਸਿੱਧਾ ਸਿੱਧਾ ਜਿਹੜਾ ਹੈਗਾ ਨਤੀਜਾ ਕੀ ਨਿਕਲਿਆ ਉਹ ਤੁਹਾਨੂੰ ਤੇ ਮੈਨੂੰ ਸਾਰਿਆਂ ਨੂੰ ਪਤਾ ਹੈਗਾ। ਔਰ ਉਸ ਵੇਲੇ
ਬਹੁਤ ਜ਼ਿਆਦਾ ਇਹਨਾਂ ਦੀ ਇਹਨਾਂ ਨੂੰ ਕਾਂਗਰਸ ਪਾਰਟੀ ਨੂੰ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪਿਆ। ਲੇਕਿਨ ਇਲੈਕਸ਼ਨ ਦੇ ਦਿਨ ਕਿ ਇੱਕ ਵਾਰੀ ਜ਼ੁਬਾਨ ਜਿਹੜੀ ਆ ਉਹਦੇ ਚੋਂ ਮੂੰਹ ਚੋਂ ਕੁਛ ਨਿਕਲ ਗਿਆ ਤੇ ਉਹ ਸ਼ਬਦ ਵਾਪਸ ਨਹੀਂ ਪੈਂਦੇ ਗਏ, ਔਰ ਇਸ ਗੱਲ ਦੀ ਗੂੰਜ, ਇਸ ਬਿਆਨ ਦੀ ਗੂੰਜ ਜਿਹੜੀ ਹੈਗੀ ਹੈ ਇਲੈਕਸ਼ਨਾਂ ਤੋਂ ਬਾਅਦ ਵੀ ਪਵੇਗੀ। ਵਿਰੋਧੀ ਜਿਹੜੇ ਹੈਗੇ ਉਹ ਕਾਂਗਰਸ ਪਾਰਟੀ ਨੂੰ ਘੇਰਨਗੇ ਇਸ ਮੁੱਦੇ ਨੂੰ ਲੈ ਕੇ। ਜੀ ਲੁਧਿਆਣਾ ਦੇ ਵਿੱਚ ਚੱਲਦੇ ਹਾਂ ਜੀ। ਲੁਧਿਆਣਾ ਦੇ ਵਿੱਚ ਜੋ MP ਰਵਨੀਤ ਬਿੱਟੂ ਹੋਰਾਂ ਦੀ ਬੈਂਸ ਹੋਰਾਂ ਦੇ ਨਾਲ ਜਿਹੜੀ ਇੱਕ ਆਡੀਓ ਲੀਕ ਹੋਈ ਆ, ਵਾਇਰਲ ਹੋ ਰਹੀ ਆ, ਉਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਇਸ ਦੇ ਨਾਲ ਵੱਡੇ ਸਮੀਕਰਨ ਜਿਹੜੇ ਬਦਲ ਸਕਦੇ ਨੇ, ਰਵਨੀਤ ਬਿੱਟੂ ਨੂੰ ਢਾਲ ਲੱਗ ਸਕਦੀ ਆ, ਕਿ ਅਸਰ ਪਾਵੇਗੀ ਜਿਹੜੀ ਆਡੀਓ ਜਿਹੜੀ ਲੀਕ ਹੋਈ ਆ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਨਾਲ? ਦੇਖੋ ਗੱਲ ਹੈਗੀ ਹੈ ਕਿ ਜਿਹੜੀ ਆਡੀਓ ਦੀ ਤੁਸੀਂ ਗੱਲ ਕਰਦੇ ਆ ਵਾਕਈ ਉਹ ਵਾਇਰਲ ਹੋਈ ਹੈਗੀ ਹੈ, ਔਰ ਉਸ ਉਹਨੂੰ ਜਿਹੜਾ ਪਬਲਿਕ ਉਹਦੇ 'ਚ ਲਿਆਉਣਾ, ਹਾਲਾਂਕਿ ਹੈ ਤਾਂ ਆਪਸ ਦੇ ਵਿੱਚ ਗੱਲ ਸੀ। ਹੁਣ ਰਵਨੀਤ ਬਿੱਟੂ ਨੂੰ ਥੋੜਾ ਪਤਾ ਸੀਗਾ ਵੀ ਇਹ ਬੰਦਾ ਜਿਹੜਾ ਹੈਗਾ ਇਹ ਮੇਰੀ ਗੱਲਬਾਤ ਨੂੰ ਜਨਤਕ ਕਰ ਦੂਗਾ, ਔਰ ਇਹ ਇੱਕ ਇੱਕ ਨੈਤਿਕਤਾ ਦਾ ਸਵਾਲ ਹੈਗਾ। ਰਾਜਦੀਪ ਤੁਸੀਂ ਮੇਰੇ ਨਾਲ ਗੱਲ ਕਰਦੇ, ਮੈਂ ਤੁਹਾਡੇ ਨਾਲ ਗੱਲ ਕਰਦਾ, ਤੇ ਇੱਕ ਵਿਸ਼ਵਾਸ ਹੁੰਦਾ ਹੈ ਜਿਹਦੇ ਤੇ ਸਾਰੀ ਦੁਨੀਆ ਵਿਸ਼ਵਾਸ ਭਰੋਸੇ ਤੇ ਚੱਲਦੀ ਹੈਗੀ ਆ। ਕਾਨੂੰਨ ਕਰਾਨ ਕੋਈ ਨਹੀਂ ਹੈਗਾ ਜਿੰਨੀ ਦੇਰ ਵਿਸ਼ਵਾਸ ਨਹੀਂ ਹੈਗਾ, ਇਹ ਧੁਰਾ ਹੈ ਸਾਰਾ ਸਮਾਜ ਜਿਹੜਾ ਹੈਗਾ ਇਹਨੂੰ ਆਪਸ 'ਚ ਜੋੜਨ ਦਾ, ਉਹ ਹੈਗਾ ਵਿਸ਼ਵਾਸ ਇੱਕ ਦੂਜੇ ਤੇ। ਤਾਂ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਤੇ ਇੱਕ ਨੈਤਿਕ ਤੌਰ ਤੇ ਉਹਨਾਂ ਨੇ ਗਲਤੀ ਕੀਤੀ ਹੈਗੀ ਹੈ ਕਿ ਜਿਹੜਾ ਇਸਨੂੰ ਜਨਤਕ ਕੀਤਾ। ਜੇ ਜਨਤਕ ਕੀਤਾ ਹੈ ਤਾਂ ਕੁਦਰਤੀ ਤੌਰ ਤੇ ਉਹਦੇ ਪਿੱਛੇ ਉਹਨਾਂ ਦਾ ਕੋਈ ਮਫਾਦ ਹੈ, ਕੋਈ ਹਿੱਤ ਹੈਗਾ। ਮੈਨੂੰ ਇਹ ਲੱਗਦਾ ਹੈਗਾ ਕਿ ਬਈ ਜਿਹੜਾ ਸਿਮਰਜੀਤ ਸਿੰਘ ਹੈ, ਹੁਣ ਤਾਂ ਉਹਨਾਂ ਨੇ ਖੁਦ ਹੀ ਕਹਿਤਾ ਜੀ ਹਾਂ ਮੈਂ ਕੀਤੀ ਹੈ ਜਨਤਕ, ਔਰ ਉਹਨਾਂ ਨੇ ਇਹ ਵੀ ਇੱਕ ਇੱਕ ਤਰ੍ਹਾਂ ਦੀ ਬੁੱਝਵੀਂ ਜਿਹੜੀ ਇੱਕ ਧਮਕੀ ਵੀ ਦਿੱਤੀ ਹੈ ਵੀ ਮੇਰੇ ਕੋਲ ਹੋਰ ਵੀ ਇਹੋ ਜਿਹੀਆਂ ਪਈਆਂ ਹੈਗੀਆਂ, ਆਡੀਓ ਰਿਕਾਰਡਿੰਗ ਜਿਹੜੀਆਂ ਹੈਗੀਆਂ ਫੋਨ ਦੇ ਉੱਤੇ ਗੱਲਬਾਤ ਕਰਨ ਦੇ। ਤਾਂ ਉੱਥੇ ਜਾ ਕੇ ਮੈਨੂੰ ਇਹ ਲੱਗਦਾ ਕਿ ਇਹਦਾ ਸਿੱਧਾ ਸਿੱਧਾ ਜਿਹੜਾ ਜਿਹੜਾ ਸੰਬੰਧ ਹੈਗਾ ਉਹ ਹੈਗਾ ਕਿ ਜਿਹੜੇ ਬੈਂਸ ਭਰਾ ਹੈਗੇ ਨੇ, ਜਿਹੜੇ ਕਿ ਵੇਲਾ ਸੀਗਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਨੂੰ ਠੁਕਰਾ ਕੇ ਕਿਹਾ ਸੀਗਾ ਕਿ ਬਈ ਅਸੀਂ ਇੱਕ ਨੇ ਸਾਨੂੰ ਦੋਵਾਂ ਭਰਾਵਾਂ ਨੂੰ ਮਿਲਣੀ ਚਾਹੀਦੀ, ਤਾਂ ਅਕਾਲੀ ਦਲ ਇੱਕ ਭਰਾ ਨੂੰ ਟਿਕਟ ਦੇ ਰਿਹਾ ਸੀ, ਉਹ ਟਿਕਟ ਵਾਪਸ ਕਰਕੇ ਇਹਨਾਂ ਨੇ ਚੋਣ ਲੜੀ ਔਰ ਦੋਨੋਂ ਭਰਾ ਜਿੱਤੇ ਸੀ। ਠੀਕ ਹੈ ਜੀ, ਇਹਨਾਂ ਨੇ ਆਪਣੀ ਜਿਹੜੀ ਇਹਨਾਂ ਦੀ ਅਸੈਂਬਲੀ ਹਲਕਾ ਹੈਗਾ ਆਤਮ ਨਗਰ, ਉਹਨੂੰ ਬਕਾਇਦਾ ਇਹਨਾਂ ਨੇ ਸਿੰਜਿਆ ਹੈ, ਉਹਦਾ ਖਿਆਲ ਰੱਖਿਆ ਹੈਗਾ। ਲੇਕਿਨ ਸਮੇਂ ਦੇ ਨਾਲ ਨਾਲ ਕੀ ਹੋਇਆ ਹੈਗਾ ਕਿ ਜਦੋਂ ਬੰਦੇ ਦੀਆਂ ਇੱਛਾਵਾਂ ਜਿਹੜੀਆਂ ਹੈਗੀਆਂ ਜਿਹੜੀਆਂ ਹੈਗੀਆਂ ਬਹੁਤ, ਹੁਣ ਕੱਲਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜਦੋਂ ਬੰਦਾ ਜਿੱਤ ਜਾਂਦਾ ਤਾਂ ਬੰਦੇ ਹੁੰਦਾ ਵੀ ਇਦੂ ਹੁਣ ਅਗਲੇ ਲੈਵਲ ਤੇ ਮੈਂ ਜਾਵਾਂ। ਤਾਂ ਇਹ ਜਿਹੜੇ ਬੈਂਸ ਭਰਾ ਹੈਗੇ ਨੇ, ਵਿਸ਼ੇਸ਼ ਕਰਕੇ ਸਿਮਰਜੀਤ ਸਿੰਘ ਬੈਂਸ ਹੈਗੇ ਨੇ, ਉਹ ਬਹੁਤ ਐਕਟਿਵ ਨੇ, ਉਹ ਇੱਕ ਬੜਾ ਵੱਡਾ ਰੋਲ ਤਲਾਸ਼ ਕਰ ਰਹੇ ਸੀਗੇ। ਤਾਂ ਉਹਦੇ ਲਈ ਕੁਛ ਉਹਨਾਂ ਨੇ ਇਹੋ ਜਿਹਾ ਵੀ ਕੀਤਾ ਵੀ ਪਾਰਟੀ ਇੱਕ ਨਵਾਂ ਮੰਚ ਬਣਾਇਆ ਜਾਵੇ ਜਿਹਦੇ 'ਚ ਇੱਕ ਜਿਹੜੇ ਸਰਦਾਰ ਪ੍ਰਗਟ ਸਿੰਘ ਔਰ ਨਵਜੋਤ ਸਿੰਘ ਸਿੱਧੂ ਤੇ ਹੋਰ ਲੋਕ ਵੀ ਜਿਹੜੇ ਸੀ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਸਿਰੇ ਨਹੀਂ ਚੜਿਆ ਹੈਗਾ। ਹੁਣ ਹੈਗਾ ਕਿ 2022 ਦੇ ਵਿੱਚ ਇਹਨਾਂ ਨੂੰ ਇੱਕ ਇਹੋ ਜਿਹਾ ਝਟਕਾ ਲੱਗਿਆ ਕਿ ਇਹਨਾਂ ਦਾ ਉਹ ਜਿਹੜਾ ਬਣਿਆ ਬਣਾਇਆ ਇੱਕ ਪ੍ਰਭਾਵ ਸੀਗਾ, ਇੱਕ ਪਰਸੈਪਸ਼ਨ ਸੀ ਵੀ ਇਹ ਤਾਂ ਅਜਿੱਤ ਨੇ, ਇਹਨਾਂ ਤੋਂ ਬਿਨਾਂ ਤਾਂ ਦੋ ਹਲਕੇ ਤਾਂ ਮਤਲਬ ਕੋਈ ਜਿੱਤ ਹੀ ਨਹੀਂ ਸਕਦਾ, ਜੇ ਇਹ ਕਿਸੇ ਦਾ ਸਾਥ ਦੇਣਗੇ ਤਾਂ ਉਹਦੀ ਜਿੱਤ ਨਿਸ਼ਚਿਤ ਹੈਗੀ ਹੈ, ਚਾਹੇ ਹਲਕੇ ਦਾ ਲਾ ਲਓ ਤੇ ਚਾਹੇ ਪੂਰੇ ਵਿਧਾਨ ਸਭਾ ਸੀਟ ਦਾ ਲਾ ਲਓ। ਉਹ ਹਾਰਨ ਤੋਂ ਬਾਅਦ ਹੋਇਆ ਕੀ ਕਿ ਇਹਨਾਂ ਨੂੰ ਲਗਾਤਾਰ, ਅੱਛਾ ਫਿਰ ਕੁਛ ਇਹਨਾਂ ਤੇ ਇਹੋ ਜਿਹੇ ਕੇਸ ਪਏ ਜਿਵੇਂ ਇੱਕ ਰੇਪ ਦਾ ਕੇਸ ਸੀਗਾ, ਉਹਨਾਂ ਚੋਂ ਇੱਕ ਕੇਸ ਜਿਹੜਾ ਹੈਗਾ ਸਨ 2000 ਜੇ ਯਾਦ ਹੋਵੇ ਸਾਡੇ ਦਰਸ਼ਕਾਂ ਨੂੰ, ਤਾਂ ਕੋਈ ਜੂਨ 2009 ਦੀ ਗੱਲ ਹੈਗੀ ਹੈ। ਇੱਥੋਂ ਦੇ ਡਿਸਟ੍ਰਿਕਟ ਰੈਵਨਿਊ ਅਫਸਰ ਸੀਗੇ ਮੇਜਰ ਰਿਟਾਇਰਡ ਬੈਨੀਪਾਲ, ਉਹਨਾਂ ਦੇ ਦਫ਼ਤਰ 'ਚ ਆ ਕੇ ਹਮਲਾ ਕੀਤਾ ਗਿਆ ਸੀਗਾ। ਉਹਦੇ 'ਚ ਅਕਿਊਜ਼ਡ ਹੈ ਅਟੈਂਪਟ ਟੂ ਮਰਡਰ 307 ਦਾ ਕੇਸ ਹੈ, ਜਿਹਦੀ ਅਪ੍ਰੈਲ 'ਚ ਤਰੀਕ ਸੀ, ਹੁਣ ਸਤੰਬਰ 'ਚ ਫਿਰ ਦੁਬਾਰਾ ਤਰੀਕ ਲੱਗੀ ਹੋਈ ਹੈਗੀ।
ਉਹ ਇਹਨਾਂ ਦੇ ਖਿਲਾਫ ਹੈ। ਇਹ ਤੇ ਇਹਨਾਂ ਦੇ ਦੋਸਤ ਅਮਰਜੀਤ ਕਮਲਜੀਤ ਕੜਵਲ, ਸਿਮਰਜੀਤ ਸਿੰਘ ਬੈਂਸ, ਕਮਲਜੀਤ ਕੜਵਲ, ਕੜਵਲ ਜਿਹੜੇ ਇਹਨਾਂ ਦਾ ਸਾਥ ਛੱਡ ਗਏ ਸੀਗੇ ਔਰ ਦੁਬਾਰਾ ਉਹ ਕਾਂਗਰਸ 'ਚ ਆ ਗਏ ਸੀਗੇ, ਤਾਂ ਇਹਨਾਂ ਦੇ ਬਹੁਤ ਸਾਰੇ ਸਾਥੀ ਇਹਨਾਂ ਦੇ ਨਾਲ ਘਿਰਦੇ ਗਏ, ਤਾਂ ਇਸ ਵੇਲੇ ਇਹਨਾਂ ਨੂੰ ਸਿਆਸੀ ਜ਼ਮੀਨ ਦੀ ਤਲਾਸ਼ ਸੀਗੀ। ਮੈਨੂੰ ਇਹ ਲੱਗਦਾ ਹੈਗਾ ਕਿ ਸਿਮਰਜੀਤ ਬੈਂਸ ਜਿਹੜੇ ਹੈਗੇ ਨੇ ਇਹ ਪੰਜਾਬ ਕਾਂਗਰਸ ਦੇ ਦੂਜੇ ਨਵਜੋਤ ਸਿੰਘ ਸਿੱਧੂ ਨੇ। ਇਹਨਾਂ 'ਚ ਬਹੁਤ ਸਾਰੀਆਂ ਸਮਾਨਤਾਵਾਂ ਨੇ। ਪਹਿਲੀ ਤਾਂ ਗੱਲ ਹੈ ਕਿ ਬਹੁਤ ਜ਼ਿਆਦਾ ਇਹ ਅੰਬੀਸ਼ੀਅਸ ਬਹੁਤ ਨੇ ਕਿ ਇਹ ਵੀ ਮੈਂ ਬਹੁਤ ਵੱਡੇ ਨਿਸ਼ਾਨੇ ਤੇ ਪਹੁੰਚਣਾ ਹੈਗਾ। ਨੰਬਰ 2 ਹੈਗਾ ਕਿ ਇਹਨਾਂ ਦਾ ਸੁਭਾਅ, ਇਹ ਆਪਣੀ ਇਮਾਨਦਾਰੀ ਦੀ ਬੜੀ ਗੱਲ ਕਰਦੇ ਨੇ, ਹੋਣਗੇ ਵੀ। ਔਰ ਦੂਸਰੀ ਗੱਲ ਹੈਗੀ ਹੈ ਕਿ ਵੀ ਇਹ ਕਹਿੰਦੇ ਨੇ ਕਿ ਬਈ ਬਾਕੀ ਜਿਹੜੇ ਹੈਗੇ ਆ ਉਹ ਨੀ, ਮੈਂ ਜਿਹੜੀ ਆਪਣੀ ਮੈਂ ਆਪਣੀ ਮੈਂ ਜਿਹੜੀ ਇੱਕ ਉਹਦਾ ਅਸਰ ਜਿਹੜਾ ਹੈਗਾ ਇਹਨਾਂ ਤੇ ਪੈਂਦਾ। ਤਾਂ ਇਹਨਾਂ ਗੱਲਾਂ ਦੇ ਚੱਲਦੇ ਇਹਨਾਂ ਦੇ ਨਾਲ ਜਿਹੜੇ ਲੋਕ ਹੈਗੇ ਜ਼ਿਆਦਾ ਦੇਰ ਤੱਕ ਜੁੜੇ ਨਹੀਂ ਰਹਿੰਦੇ ਜੀ। ਉਸ ਤੋਂ ਬਾਅਦ ਕੀ ਹੋਇਆ ਕਿ ਤੁਸੀਂ ਦੇਖੋ ਦੂਜੀ ਸਮਾਨਤਾ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਾਂਗਰਸ ਜੁਆਇਨ ਕੀਤੀ ਸੀ ਸੰਨ 2017 ਦੇ ਇਲੈਕਸ਼ਨਾਂ ਤੋਂ ਪਹਿਲਾਂ, ਸਾਲ ਤੋਂ ਪਹਿਲਾਂ, ਉਹ ਵੀ ਸਿੱਧਾ ਗਏ ਸੀਗੇ ਰਾਹੁਲ ਗਾਂਧੀ ਦੇ ਕੋਲ ਤੇ ਫੋਟੋਆਂ ਆਈਆਂ ਤੇ ਰਾਹੁਲ ਗਾਂਧੀ ਉਸ ਵੇਲੇ ਕੋਈ ਕਾਂਗਰਸ ਦਾ ਵੱਡਾ ਨੇਤਾ ਉੱਥੇ ਨਹੀਂ ਸੀਗਾ। ਇਹਨਾਂ ਨੇ ਵੀ ਉਵੇਂ ਕੀਤਾ ਹੈਗਾ, ਇਹਨਾਂ ਨੇ ਗਏ ਤੇ ਰਾਹੁਲ, ਯਾਨੀ ਕਿ ਇਹ ਬਾਕੀ ਦੀ ਕਾਂਗਰਸ ਨੂੰ ਇਹ ਦੱਸਣਾ ਚਾਹੁੰਦੇ ਨੇ ਵੀ ਮੇਰੀ ਤਾਂ ਸਿੱਧੀ ਹੈ ਜਿਹੜਾ ਤੁਹਾਡਾ ਸਿਖਰ ਦਾ ਨੇਤਾ ਹੈਗਾ। ਇਸ ਕਰਕੇ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਪੰਜਾਬ ਕਾਂਗਰਸ ਦੇ ਜਿਹੜੇ ਬਾਕੀ ਲੀਡਰ ਆ ਜਾਂ ਹੋਰ ਲੀਡਰਸ਼ਿਪ ਹੈਗੀ ਹੈ ਕਿ ਉਹਨੂੰ ਬਾਈਪਾਸ ਕਰਕੇ ਜਿਹੜਾ ਇਹ ਸਿੱਧਾ ਰਾਹੁਲ ਗਾਂਧੀ ਦੇ ਨਾਲ ਜਿਹੜੇ ਜੁਆਇਨ ਹੋਏ ਨੇ। ਬਿਲਕੁਲ ਬਿਲਕੁਲ, ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਜਿਹੜੀ ਰਾਜਨੀਤਿਕ ਜਿਹੜੀ ਹੈਗੀ ਹੈ, ਇੱਛਾਵਾਂ ਜਿਹੜੀਆਂ ਖਾਹਿਸ਼ਾਂ ਹੈਗੀਆਂ, ਉਹ ਕਿਸ ਬੁਲੰਦੀ ਤੇ ਇਹ ਆਪਣੇ ਆਪ ਨੂੰ ਵੇਖਣਾ ਚਾਹੁੰਦੇ ਨੇ। ਇਹ ਆਪਣੇ ਆਪ ਲਈ ਜਿਵੇਂ ਕਿਹਾ ਸਿਆਸੀ ਜ਼ਮੀਨ ਜਿਹੜੀ ਹੈਗੀ ਉਹ ਤਲਾਸ਼ ਰਹੇ ਨੇ। ਇੱਕ ਤਾਂ ਹੈਗਾ ਕਿ ਕਾਂਗਰਸ ਦੇ ਵਿੱਚ ਆਉਣ ਦੇ ਨਾਲ ਇਹਨਾਂ ਨੂੰ ਇਹ ਹੋਊਗਾ ਕਿ ਜਿਹੜਾ ਇਹਨਾਂ ਦੇ ਦੋ ਹਲਕੇ ਜਿਹੜੇ ਇਹਨਾਂ ਦੇ ਹੱਥੋਂ ਨਿਕਲ ਚੁੱਕੇ ਨੇ, ਆਤਮਨਗਰ ਅਤੇ ਲੁਧਿਆਣਾ ਸਾਊਥ, ਉੱਥੇ ਇੱਕ ਤਾਂ ਇਹਨਾਂ ਦਾ ਆਪਣਾ ਜਿਹੜਾ ਬਚਿਆ ਕੁਚਿਆ ਜਿਹੜਾ ਇਹਨਾਂ ਦਾ ਇੱਕ ਆਧਾਰ ਹੈਗਾ, ਵੋਟ ਬੈਂਕ ਹੈਗਾ, ਪਲੱਸ ਕਾਂਗਰਸ ਦਾ ਜਿਹੜਾ ਹੈਗਾ ਉਹ ਇਹਨਾਂ ਦੇ ਨਾਲ ਆਊਗਾ ਤੇ ਉਹਦੇ ਨਾਲ ਕੀ ਹੋਊਗਾ ਕਿ ਇਹ 2027 ਦੇ ਵਿੱਚ ਆਰਾਮ ਦੇ ਨਾਲ ਇੱਥੋਂ ਜਿੱਤ ਸਕਦੇ ਨੇ। ਸਮੀਕਰਨ ਇੱਕ ਬਜਵੀਂ ਵੋਟ ਜਿਹੜੀ ਇਹਨਾਂ ਨੂੰ ਪੈ ਸਕਦੀ ਹੈਗੀ। ਦੂਜੀ ਵੱਡੀ ਗੱਲ ਇਹ ਹੈਗੀ ਹੈ ਕਿ ਜੇ ਇਹਨਾਂ ਨੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਜਿਹੜਾ ਕੀਤਾ, ਰਵਨੀਤ ਸਿੰਘ ਬਿੱਟੂ ਦੇ ਹੋਰ ਸਿਆਸੀ ਦੁਸ਼ਮਣ ਹੋ ਸਕਦੇ ਨੇ, ਲੁਧਿਆਣਾ ਦੇ ਵਿੱਚ ਹੀ ਹੋ ਸਕਦੇ ਨੇ, ਉਹ ਹੋਣਗੇ, ਉਹ ਲੋਕ ਵੀ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਭਰੋਸਾ ਨਹੀਂ ਕਰਨਗੇ ਅੱਗੇ, ਉਹ ਗੁਰੇਜ਼ ਕਰਨਗੇ ਇਹਨਾਂ ਦੇ ਨਾਲ। ਇਹਨਾਂ ਨੂੰ ਮੈਨੂੰ ਨੀ ਸਮਝ ਆਉਂਦੀ ਕਿ ਵੀ ਇਹ ਕਿਸ ਕਿਸਮ ਦੀ ਆਪਣੇ ਆਪ ਨੂੰ ਸਮਝਦਾਰੀ ਵੀ ਇਹ ਕਹਿੰਦੇ ਵੀ ਅਸੀਂ ਕੋਈ ਗੱਲ ਕਰ ਰਹੇ ਹੈਗੇ ਹਾਂ, ਵੀ ਬੜਾ ਮਾਰਕ ਆ ਇਹ ਦੱਸਣਾ। ਐਕਚੁਅਲੀ ਇਹ ਚਾਹੁੰਦੇ ਸੀ ਕਿ ਦੇਖੋ ਜੀ ਮੈਂ ਆ ਗਿਆ ਤੇ ਮੈਂ ਤਾਂ ਇੱਥੋਂ ਦੇ ਸਮੀਕਰਨ ਲੁਧਿਆਣੇ ਦੇ ਬਦਲਦੇ ਹੈ ਤੇ ਹੁਣ ਕਾਂਗਰਸ ਪਾਰਟੀ ਜਿਹੜੀ ਉਹ ਜਿੱਤੂ। ਜਿਵੇਂ ਇਹਨਾਂ ਦਾ ਬਿਆਨ ਆਇਆ ਹੈਗਾ ਮੀਡੀਆ ਨੂੰ, ਕਿਹਾ ਇਹਨਾਂ ਨੇ ਕਿ ਰਾਜਾ ਵੜਿੰਗ 1 ਲੱਖ ਤੋਂ ਵੋਟਾਂ ਦੇ ਤੋਂ ਜਿੱਤਣਗੇ। ਹੁਣ ਭਲਾ ਪੁੱਛਣ ਵਾਲਾ ਹੋਵੇ ਵੀ 1 ਲੱਖ ਵੋਟ ਦਾ, ਰਾਜਦੀਪ, 1 ਲੱਖ ਵੋਟ ਦਾ ਜਿਹੜਾ ਮਾਰਜਨ ਹੁੰਦਾ ਹੈ ਉਦੋਂ ਹੁੰਦਾ ਜਦੋਂ ਕੋਈ ਬਹੁਤ ਵੱਡੀ ਲਹਿਰ ਚੱਲਦੀ ਹੋਵੇ। ਇਸ ਵੇਲੇ ਤਾਂ ਕੋਈ ਲਹਿਰ ਹੀ ਹੈ ਨੀ ਕਿ ਜੀ 1 ਲੱਖ ਵੋਟ ਦੇ ਨਾਲ ਕਿਵੇਂ ਜਿੱਤਣਗੇ। ਫਿਰ ਜੇ 1 ਲੱਖ ਵੋਟ ਦੇ ਨਾਲ ਜਿੱਤਣਗੇ ਇਹਨਾਂ ਦੇ ਆਉਣ ਕਰਕੇ, ਤਾਂ ਫਿਰ ਇਹ ਆਪਣੇ ਦੋਵੇਂ ਭਰਾ ਕਿਉਂ ਇਲੈਕਸ਼ਨ ਹਾਰ ਗਏ, ਹਜੇ 2 ਸਾਲ 28 ਮਹੀਨੇ ਹੋਏ ਹੈਗੇ ਨੇ। ਏਡਾ ਹੀ ਇਹਨਾਂ ਦਾ ਅਸਰ ਸੀਗਾ ਜੀ। ਤਾਂ ਉਹ ਮੈਨੂੰ ਲੱਗਦਾ ਹੈ ਕਿ ਇਹ ਜੋ ਕਰ ਰਹੇ ਨੇ, ਆਹ ਜਿਹੜੀ ਆਡੀਓ ਇਹਨਾਂ ਨੇ ਕੀਤਾ ਹੈਗਾ, ਲੀਕ ਕੀਤਾ, ਸਿਰਫ ਔਰ ਸਿਰਫ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ ਕਾਂਗਰਸ ਦੇ ਵਿੱਚ। ਕੀ ਰਵਨੀਤ ਬਿੱਟੂ ਦੇ ਉੱਤੇ ਉਹਦਾ ਅਸਰ ਪਵੇਗਾ ਜੀ ਆਡੀਓ ਦਾ? ਦੇਖੋ ਗੱਲ ਇਹਦੇ ਦੋਨੋਂ ਚੀਜ਼ਾਂ ਨੇ, ਇੱਕ ਤਾਂ ਆਹ ਪਲੱਸ ਪੁਆਇੰਟ ਹੋ ਗਿਆ ਕਿ ਵੀ ਆਹ ਵੀ ਰਵਨੀਤ ਬਿੱਟੂ ਨੇ ਉਹਦੇ 'ਚ ਜੋ ਕੁਛ ਬੋਲਿਆ, ਠੀਕ ਹੈ ਜੀ, ਆਪਾਂ ਕਹਿੰਦੇ ਵੀ ਉਹ ਨੁਕਸਾਨ ਹੈ ਜੀ ਰਵਨੀਤ ਬਿੱਟੂ ਨੂੰ ਜਾਂ ਬੀਜੇਪੀ ਨੂੰ ਨੁਕਸਾਨ ਹੈ, ਬਿਲਕੁਲ ਹੋ ਸਕਦਾ। ਦੂਜੇ ਬੰਨੇ ਜੋ ਇਹਨਾਂ ਨੇ ਕੀਤਾ,
ਉਹ ਵੀ ਕੋਈ ਫਾਇਦਾ ਨਹੀਂ ਕੀਤਾ ਇਹਨਾਂ ਨੇ। ਇਹਦੇ ਨਾਲ ਹੋਊਗਾ ਕੀ ਕਿ ਅੰਡਰ ਕਟਿੰਗ ਹੋਊਗੀ ਕਾਂਗਰਸ ਦੇ ਵਿੱਚ, ਨਾ ਸਿਰਫ ਇਸ ਇਲੈਕਸ਼ਨ, ਮੈਂ ਇਸ ਇਹਨਾਂ ਦਾ ਜੋ ਇਹਨਾਂ ਨੇ ਕੀਤਾ ਉਹਦਾ ਇਸ ਇਲੈਕਸ਼ਨ ਦੇ ਵਿੱਚ ਤਾਂ ਫਰਕ ਪਊਗਾ ਹੀ ਪਊਗਾ, ਕਾਂਗਰਸ ਨੂੰ ਵੀ ਪਊਗਾ, ਕਿਉਂਕਿ ਇਹਨਾਂ ਦੇ ਨਾਲ ਨਹੀਂ ਚੱਲਣਗੇ। ਦੂਜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਵਿੱਖ 'ਚ ਵੀ ਦੇਖ ਕੇ ਚੱਲਦਾ ਹੈਗਾ ਕਿ ਬਈ ਇਹ ਬਿਲਕੁਲ ਅਲੱਗ ਥਲੱਗ ਹੋ ਕੇ ਰਹਿ ਜਾਣਗੇ, ਇਹਨਾਂ ਦੇ ਨਾਲ ਕਿਸੇ ਦੀ ਕੋਈ ਸਮਾਈ ਨਹੀਂ ਹੋਣੀ। ਮਤਲਬ ਕਾਂਗਰਸ ਫਿਰ ਧੜਿਆਂ ਦੇ ਵਿੱਚ ਵੰਡੀ ਜਾਵੇਗੀ, ਜਿਵੇਂ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਇਹ ਦੂਜੇ ਨੂੰ ਜੋ ਸਿੱਧੂ ਨੇ। ਬਿਲਕੁਲ ਬਿਲਕੁਲ, ਇੱਕ ਨਵਾਂ ਨਵਾਂ ਧੜਾ ਜਿਹੜਾ ਹੈਗਾ ਇਹਨਾਂ ਦੇ ਆਉਣ ਨਾਲ ਪੈਦਾ ਹੋਏਗਾ, ਔਰ ਲੰਬੇ ਸਮੇਂ 'ਚ ਉਹਦਾ ਨੁਕਸਾਨ ਹੋਏਗਾ ਕਾਂਗਰਸ ਪਾਰਟੀ ਨੂੰ, ਉਹਦਾ ਫਾਇਦਾ ਨਹੀਂ ਹੋਣ ਵਾਲਾ ਹੈ। ਠੀਕ ਹੈ ਜੀ, ਤੋ ਇਸ ਕਰਕੇ ਬਾਕੀ ਹੈ ਕਿ ਇਹਨਾਂ ਦੇ ਖਿਲਾਫ ਜੋ ਵੀ ਚੱਲ ਰਹੇ ਹੈ ਕੇਸਿਸ ਚੱਲ ਰਹੇ, ਦੂਜੇ ਚੱਲ ਰਹੇ ਹੈ, ਉਹ ਅਦਾਲਤ ਕੀ ਫੈਸਲਾ ਦਿੰਦੀ ਹੈ ਉਹਦੇ ਤੇ ਵੀ ਬੜਾ ਡਿਪੈਂਡ ਕਰਦਾ, ਪਰ ਇਹਨਾਂ ਦਾ ਗ੍ਰਾਫ ਬਿਲਕੁਲ ਥੱਲੇ ਆਇਆ ਪਹਿਲਾਂ ਦੇ ਨਾਲੋਂ ਤਾਂ, ਔਰ ਉਹਦੇ ਚੱਲਦੇ ਇਹਨਾਂ ਨੇ ਇਹ ਜਿਹੜੀ ਲੀਕ ਕਰਕੇ ਇੱਕ ਸਨਸਨੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ, ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਜੇ ਇੱਥੇ ਮੰਨ ਲਓ ਕਿ ਜੇ ਬੀਜੇਪੀ ਹਾਰਦੀ ਹੈਗੀ ਹੈ ਤਾਂ ਸਿਮਰਜੀਤ ਸਿੰਘ ਬੈਂਸ ਇਹ ਬੋਲਣਗੇ ਮੀਡੀਆ 'ਚ ਆ ਕੇ, ਦੇਖੋ ਜੀ ਮੋਦੀ ਵੀ ਆਏ ਤੇ ਦੂਜੇ ਵੀ ਆਏ ਲੇਕਿਨ ਅਸੀਂ ਹਰਾ ਦਿੱਤਾ ਜੀ। ਕ੍ਰੈਡਿਟ ਲੈਣ ਦੀ ਇਹ ਕੋਸ਼ਿਸ਼ ਕਰਨਗੇ, ਸਿਰਫ ਇੰਨੀ ਕੁ ਗੱਲ ਹੈ। ਸੋ ਇਹਦੇ ਮਾੜੇ ਪ੍ਰਣਾਮ ਜਿਹੜੇ ਆ ਨਤੀਜੇ ਉਹ ਕਾਂਗਰਸ ਪਾਰਟੀ ਵਾਸਤੇ ਵੀ ਹੈਗੇ ਨੇ, ਔਰ ਬੀਜੇਪੀ ਲਈ ਤਾਂ ਇਮੀਡੀਏਟ ਹੋ ਸਕਦੇ ਨੇ ਕਿ ਲੋਕ ਜਿਹੜੇ ਹੈ ਇਹਨਾਂ ਦੀ ਗੱਲ ਤੇ ਕੰਨ ਧਰਨਗੇ, ਔਰ ਇਹਨਾਂ ਦੇ ਬਿੱਟੂ ਦੇ ਖਿਲਾਫ਼ ਜਿਹੜੀ ਹੈਗੀ ਉਹ ਜਾਂ ਬੀਜੇਪੀ ਦੇ ਖਿਲਾਫ਼ ਵੋਟ ਪਾਉਣਗੇ। ਪਰ ਇਹ ਹਜੇ ਪਰਸੋਂ ਜਿਹੜਾ ਹੈਗਾ ਨਰਿੰਦਰ ਮੋਦੀ ਪੰਜਾਬ 'ਚ ਆ ਰਹੇ ਨੇ, ਹਾਲੇ ਤੱਕ ਉਹਨਾਂ ਨੇ ਲੁਧਿਆਣੇ ਤਾਂ ਉਹਨਾਂ ਦਾ ਕੋਈ ਜਨਸਭਾ ਹੈ ਨਹੀਂ, ਰੈਲੀ ਹੈ ਨਹੀਂ ਗੀ, ਜੇ ਦੂਜੇ ਦੌਰੇ ਦੇ ਵਿੱਚ ਕਿਉਂਕਿ ਹੁਣ ਵਿਹਲੇ ਹੋ ਗਏ ਨੇ, ਬਾਕੀ ਦੇ ਭਾਰਤ ਨਿਬੜ ਗਿਆ ਕਿਉਂਕਿ ਸਾਡੇ ਤਾਂ ਆਖਰੀ ਪੜਾਅ 'ਚ ਵੋਟਾਂ ਪੈਣੀਆਂ ਨੇ। ਤਾਂ ਜੇ ਨਰਿੰਦਰ ਮੋਦੀ ਦੂਜੀ ਵਾਰੀ ਆਉਂਦੇ, ਦੂਜਾ ਦੌਰਾ ਕਰਦੇ ਨੇ 2-4 ਦਿਨਾਂ ਦੇ ਵਕਫੇ ਤੋਂ ਬਾਅਦ ਤੇ ਲੁਧਿਆਣੇ ਮੀਟਿੰਗ ਰੱਖਦੇ, ਤਾਂ ਮੈਨੂੰ ਨਹੀਂ ਲੱਗਦਾ ਕਿ ਸਿਮਰਜੀਤ ਸਿੰਘ ਬੈਂਸ ਵਾਲਾ ਆਹ ਜਿਹੜਾ ਇਹ ਚਲਾਇਆ ਹੈਗਾ ਇਹ ਉਦੋਂ ਤੱਕ ਇਹ ਚੱਲੂਗਾ। ਲੇਕਿਨ ਮੰਨ ਲੈਂਦੇ ਆਪਾਂ ਕਿ ਇਹਦਾ ਇੱਕ ਥੋੜਾ ਬਹੁਤਾ ਅਸਰ ਜਿਹੜਾ ਉਹ ਜ਼ਰੂਰ ਪੈ ਸਕਦਾ ਹੈਗਾ, ਔਰ ਬਿੱਟੂ ਦੇ ਉੱਤੇ ਵੀ ਅਸਰ ਪੈ ਸਕਦਾ ਕਿ ਵਿਦਨ ਬੀਜੇਪੀ ਅੰਦਰ ਜੋ ਉਹਨਾਂ ਨੇ ਉਹਦੇ 'ਚ ਗੱਲਾਂ ਕੀਤੀਆਂ, ਜਿਵੇਂ ਫੋਰ ਐਗਜ਼ਾਮਪਲ ਇਹ ਕਹਿੰਦੇ ਨੇ ਉਹ ਸੁਣਦੇ ਸੁਣੇ ਗਏ ਨੇ ਕਿ ਜੀ ਬੀਜੇਪੀ ਨੂੰ ਤਾਂ ਜ਼ਰੂਰਤ ਹੈ ਨਕਲੀ ਪੱਗ ਬੰਨ ਕੇ ਵੀ ਕੋਈ ਚਲਾ ਜਾਊਗਾ ਤਾਂ ਉਹਦਾ ਸਵਾਗਤ ਕਰ ਰਹੇ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਰਵਨੀਤ ਬਿੱਟੂ ਜਿਹੜੀਆਂ ਹੈਗੀਆਂ ਉਹ ਨਹੀਂ ਕਰਨੀਆਂ ਚਾਹੀਦਾ, ਭਾਰੀਆਂ ਪੈ ਸਕਦੀਆਂ ਨੇ, ਔਰ ਮੈਨੂੰ ਲੱਗਦਾ ਰਵਨੀਤ ਬਿੱਟੂ ਵੀ ਇਸ ਤੋਂ ਸਬਕ ਸਿੱਖਣਗੇ ਤੇ ਅੱਗੇ ਤੋਂ ਪਰਹੇਜ਼ ਕਰਨਗੇ ਫੋਨ ਫਾਨ ਤੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਇੱਕ ਰਾਜਸੀ ਨੈਤਿਕਤਾ ਦੀ ਗੱਲ ਰਾਜਦੀਪ ਹੈਗੀ ਹੈ ਵੀ ਇੱਕ ਨੇਤਾ ਦੂਜੇ ਨੇਤਾ ਨੂੰ ਫੋਨ ਕਰ ਰਿਹਾ ਹੈਗਾ ਔਰ ਤੁਸੀਂ ਉਹਨੂੰ ਦੱਸੇ ਬਿਨਾ ਹਾਂਜੀ ਔਰ ਉਹਨੂੰ ਤੁਸੀਂ ਜਨਤਕ ਕਰ ਰਹੇ ਨੇ, ਇਹ ਇੱਕ ਵਿਸ਼ਵਾਸਘਾਤ ਜਿਹੜਾ ਹੈਗਾ ਮੈਂ ਮੰਨਦਾ, ਔਰ ਲੋਕ ਵੀ ਇਹਦੀ ਚਰਚਾ ਇਸ ਤਰੀਕੇ ਦੇ ਨਾਲ ਕਰ ਰਹੇ ਨੇ, ਇਸੇ ਕਰਕੇ ਇਹਦਾ ਨੁਕਸਾਨ ਸਿਮਰਜੀਤ ਸਿੰਘ। ਪਰ ਸਿਆਸਤ 'ਚ ਤਾਂ ਇਹੀ ਕਿਹਾ ਜਾਂਦਾ ਨਾ ਜੀ, ਸਿਆਸਤ 'ਚ ਤਾਂ ਇਹ ਮੰਨਿਆ ਜਾਂਦਾ ਕਿ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਗਾ, ਕਿ ਇੱਥੇ ਤਾਂ ਭਰਾ ਭਰਾ ਦਾ ਸਕਾ ਨਹੀਂ ਹੁੰਦਾ ਗਾ, ਪਿਓ ਪੁੱਤ ਦਾ ਸਕਾ ਨਹੀਂ ਹੁੰਦਾ, ਸਿਆਸਤ ਤਾਂ ਕਿਸੇ ਦੀ ਸਕੀ ਹੈ ਹੀ ਨਹੀਂ, ਫਿਰ ਬਿੱਟੂ ਸਾਹਿਬ ਨੇ ਵਿਸ਼ਵਾਸ ਕਿਵੇਂ ਕਰ ਲਿਆ? ਮੈਂ ਇਹੀ ਕਹਿੰਦਾ ਨਹੀਂ, ਦੇਖੋ ਗੱਲ ਹੈਗੀ ਹੈ ਇੱਕ ਨਾ, ਮੈਂ ਹੁਣ ਇਹੋ ਜਿਹੀ ਗੱਲ ਕਰਨ ਜਾ ਰਿਹਾ ਰਾਜਦੀਪ ਤੁਹਾਡੇ ਇਸ ਮੰਚ ਤੇ, ਮੈਂ ਉਹਦੇ ਨਾਲ ਇਹਨਾਂ ਦੀ ਇਹਨਾਂ ਨੂੰ ਇਕੁਏਟ ਨਹੀਂ ਕਰਦਾ ਹੈਗਾ, ਲੇਕਿਨ ਕਹਿੰਦੇ ਹੈਗੇ ਆ ਕਿ ਜਿਹੜਾ ਕ੍ਰਾਈਮ ਦਾ ਵਰਡ ਹੁੰਦਾ, ਆਪਾਂ ਬਾਲੀਵੁੱਡ ਦੀਆਂ ਫਿਲਮਾਂ 'ਚ ਅਕਸਰ ਹੀ ਦੇਖਿਆ ਹੋਇਆ ਕਿ ਵੀ ਜਿਹੜੇ ਦੋ ਚੋਰਾਂ ਦੇ ਵੀ ਕੁਛ ਅਸੂਲ ਹੁੰਦੇ ਨੇ, ਉਹ ਇੱਕ ਦੂਜੇ ਪ੍ਰਤੀ ਉਹ ਹੁੰਦੇ ਨੇ। ਆ ਜਿਹੜਾ ਚੱਲਦਾ ਨਾ ਸੁਣਨ 'ਚ ਆਇਆ ਕਿ ਆ ਜਿਵੇਂ ਹਵਾਲਾ ਦਾ ਕੰਮ ਜਾਂ ਇਹ ਸਾਰੇ ਗੈਰ ਕਾਨੂੰਨੀ ਕੰਮ, ਇਹ ਵਿਸ਼ਵਾਸ 'ਤੇ ਹੁੰਦੇ ਨੇ, ਇਹ ਸਾਰਾ ਕੁਛ ਵਿਸ਼ਵਾਸ 'ਚ, ਵਿਸ਼ਵਾਸ ਬੜੀ ਤੁਸੀਂ ਦੇਖੋ ਵੀ ਇਹ ਤਾਂ ਉਹੀ ਇੱਕ ਇੱਕ ਕਲਯੁੱਗ ਦੀ ਅਲਾਮਤ ਹੀ ਕਹਿ ਸਕਦੇ ਹਾਂ ਕਿ ਜਿੱਥੇ ਵਿਸ਼ਵਾਸ ਉੱਥੇ ਹੋ ਰਿਹਾ ਜਿੱਥੇ ਅਨੈਤਿਕਤਾ, ਜਿੱਥੇ ਗੈਰ ਕਾਨੂੰਨੀ ਕੰਮ ਹੁੰਦੇ ਨੇ,
ਅਨਹੋਲੀ ਬਿਜ਼ਨਸ ਹੁੰਦੇ ਨੇ, ਉੱਥੇ ਭਰੋਸਾ ਇੱਕ ਦੂਜੇ ਤੇ, ਜਵਾਨੀ ਉਹ ਸੌਦੇ ਹੋ ਜਾਂਦੇ ਨੇ ਲੱਖਾਂ ਕਰੋੜਾਂ ਦੇ, ਔਰ ਉਹ ਪਗਾਉਂਦੇ ਨੇ ਉਹਨਾਂ ਨੂੰ, ਲੇਕਿਨ ਇੱਥੇ ਤਾਂ ਉਸ ਲਿਹਾਜ਼ ਦੇ ਨਾਲ ਇਹ ਵਿਸ਼ਵਾਸਘਾਤ ਜਿਹੜਾ ਹੈਗਾ ਇਹ ਇਹ ਹੈ ਹੀ, ਇਹ ਕੋਈ ਵੀ ਨਹੀਂ। ਔਰ ਕਾਨੂੰਨੀ ਤੌਰ ਦੇ ਉੱਤੇ ਵੀ ਤੁਸੀਂ ਬਿਨਾਂ ਕਿਸੇ ਦੀ ਮਰਜ਼ੀ ਦੇ ਜੇ ਤੁਸੀਂ ਰਿਕਾਰਡ ਕਰਦੇ ਹੈਗੇ ਆ, ਤਾਂ ਜਿਹੜੇ IT ਦੇ, ਇਨਫੋਰਮੇਸ਼ਨ ਟੈਕਨੋਲੋਜੀ ਦੇ ਜਾਂ ਦੂਜੇ ਜਿਹੜੇ ਸਾਡੇ ਕਾਨੂੰਨ ਹੈਗੇ ਆ, ਉਹਨਾਂ ਦੇ ਵਿੱਚ ਵੀ ਇਸ ਚੀਜ਼ ਦੇ ਇੱਕ ਇਹ ਇੱਕ ਕ੍ਰਾਈਮ ਹੈਗਾ, ਵਾਈਟ ਕਾਲਰ ਕ੍ਰਾਈਮ ਹੈਗਾ, ਇਹ ਕ੍ਰਾਈਮ ਤੋਂ ਘੱਟ ਨਹੀਂ ਹੈਗੀ, ਇਹ ਅਪਰਾਧ ਹੈ, ਤੁਸੀਂ ਨਹੀਂ ਕਰ ਸਕਦੇ ਕਿਸੇ ਦੇ ਉੱਤੇ ਉਹ। ਹਾਲਾਂਕਿ ਰਵਨੀਤ ਬਿੱਟੂ ਨੇ ਇਸ ਗੱਲ ਦੀ ਜਦੋਂ ਜਵਾਬ ਦਿੱਤਾ ਹੈ ਤੇ ਉਹਨਾਂ ਨੇ ਗੱਲ ਕੀਤੀ ਵੀ ਹੈਗੀ ਹੈ ਕਿ ਅਸੀਂ IT ਦਾ ਇਹਨਾਂ ਤੇ ਅਸੀਂ ਕੇਸ ਕਰਾਂਗੇ, ਉਹ ਕਰਦੇ ਨਹੀਂ ਕਰਦੇ ਇਹ ਬਾਅਦ ਦੀ ਗੱਲ ਹੈ, ਪਰ ਰਾਜਨੀਤੀ ਚ ਅਕਸੈਪਟੇਬਲ ਹੈ, ਤੁਸੀਂ ਠੀਕ ਕਹਿ ਰਹੇ ਹੋ ਇਹ ਅਕਸੈਪਟੇਬਲ ਹੈਗਾ, ਉਹਨੂੰ ਵੀ ਪਤਾ ਇਹਨੇ ਐਂ ਕਿਹਾ, ਇਹਨੇ ਮੋੜਵਾ ਇਹ ਕਹਿ ਦਿੱਤਾ, ਉਦੋਂ ਬਾਅਦ ਭੁੱਲ ਭੁਲਾ ਜਾਂਦੇ ਆ, ਹੋ ਸਕਦਾ ਕੱਲ ਨੂੰ ਵੀ ਇਕੱਠੇ ਕਿਸੇ ਇੱਕ ਪਾਰਟੀ ਚ ਵੀ ਆ ਜਾਣ, ਇਹ ਇਕੱਠੇ ਰਲ ਜਾਣ, ਜਿਵੇਂ ਨੈਤਿਕਤਾ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਪੰਜਾਬ ਚ, ਜਿਸ ਤਰ੍ਹਾਂ ਹੈ ਨਾ ਇੱਧਰ ਉੱਧਰ ਇੱਧਰੋਂ ਉੱਧਰ ਹੋ ਰਿਹਾ, ਕਦੀ ਹੋਇਆ ਨਹੀਂ ਸੀਗਾ। ਸੋ ਜਿਹਨੂੰ ਪਹਿਲਾਂ ਗਾਲਾਂ ਕੱਢੀਆਂ ਜਾਂਦੀਆਂ, ਬਾਅਦ ਚ ਉਹੀ ਚੰਗਾ ਹੋ ਜਾਂਦਾ। ਹਾਂ, ਆ ਇੱਕ ਵੀਡੀਓ ਆ ਰਹੀ ਆ ਇਹਨਾਂ ਦੀ ਆਪਣੇ ਰਾਜਾ ਵੜਿੰਗ ਹੋਰਾਂ ਦੀ, ਉਹਦੇ ਚ ਇਹਨਾਂ ਨੂੰ ਚੋਰ ਕਹੀ ਜਾਂਦੇ ਹੈਗੇ ਨੇ, ਆਪਣੇ ਸਿੰਦਰ ਭੈਣ ਭਰਾਵਾਂ ਨੂੰ ਬਿਜਲੀ ਚੋਰ ਕਹੀ ਜਾਂਦੇ ਨੇ, ਉਹ ਲੋਕਾਂ ਨੇ ਕੱਢ ਕੇ ਤੇ ਉਹ ਅੱਜ ਕੱਲ ਵੀਡੀਓ ਉਹਦੀ ਬੜੀ। ਅੱਛਾ, ਇੱਕ ਰਾਜੂ ਜੀ, ਇੱਕ ਕੱਲ ਦਾ ਲੁਧਿਆਣੇ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ, ਜਿਹਦੇ ਵਿੱਚ ਕਮਲਜੀਤ ਬਰਾੜ ਜੋ ਕਿਸੇ ਸਮੇਂ ਕਾਂਗਰਸ ਦਾ ਹਿੱਸਾ ਰਹੇ ਨੇ ਤੇ ਅੱਜ ਕੱਲ ਰਾਜਾ ਵੜਿੰਗ ਜੋ ਮੌਜੂਦਾ ਪ੍ਰਧਾਨ ਨੇ ਉਹਨਾਂ ਤੋਂ ਨਾਰਾਜ਼ ਵੀ ਚੱਲ ਰਹੇ ਨੇ ਤੇ ਉਹਨਾਂ ਦੇ ਵਿਰੁੱਧ ਇਲੈਕਸ਼ਨ ਵੀ ਲੜ ਰਹੇ ਨੇ, ਉਹ ਕੱਲ ਰਾਜਾ ਵੜਿੰਗ ਨੂੰ ਜਿਸ ਤਰੀਕੇ ਦੇ ਨਾਲ ਘੇਰਦੇ ਹੋਏ ਵਿਰੋਧ ਕਰਦੇ ਹੋਏ ਨਜ਼ਰ ਆਏ, ਉਹਨਾਂ ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ, ਉਸ ਨੂੰ ਲੈ ਕੇ ਵੀ ਜਿਹੜਾ ਇੱਕ ਸਮੀਕਰਨ ਕਿਹਾ ਜਾ ਰਿਹਾ ਕਿ ਬਦਲ ਸਕਦੇ ਨੇ, ਕਿਉਂਕਿ ਵਿਰੋਧ ਤਾਂ ਜਿਸ ਤਰੀਕੇ ਦੇ ਨਾਲ ਰਾਜਾ ਵੜਿੰਗ ਦੀ ਕਮਲਜੀਤ ਬਰਾੜ ਹੋਰਾਂ ਦੇ ਵੱਲੋਂ ਆਪ ਕੀਤੀ ਜਾ ਰਹੀ ਆ, ਜਾਂ ਉਹਨਾਂ ਦੇ ਸਮਰਥਕ ਨੇ ਵਰਕਰਾਂ ਦੇ ਵੱਲੋਂ ਕਰਵਾਈ ਜਾ ਰਹੀ ਆ, ਜਾਂ ਜਿਸ ਤਰੀਕੇ ਦੇ ਨਾਲ ਬਿਆਨ ਉਹ ਦੇ ਰਹੇ ਨੇ, ਉਸਦਾ ਫਰਕ ਕੀ ਕਾਂਗਰਸ ਨੂੰ ਉੱਥੇ ਝੱਲਣਾ ਪਵੇਗਾ? ਦੇਖੋ, ਗੱਲ ਹੈਗੀ ਇਹ, ਜਿਹੜਾ ਇਲੈਕਸ਼ਨ ਹੁੰਦੇ ਨੇ ਸਾਡੇ ਮੁਲਕ ਚ ਵਿਸ਼ੇਸ਼ ਕਰ, ਉਹਦੇ ਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜੀ, ਹਰ ਕੋਈ ਕਰਦਾ ਇਸ ਕਰਕੇ ਆਇਆ ਵੀ ਉਹਨੂੰ ਆਇਆ ਵੀ ਦੂਜੇ ਨੂੰ ਇਹਦਾ ਨੁਕਸਾਨ ਹੋ ਜੂ। ਹੁਣ ਨੁਕਸਾਨ ਹੁੰਦਾ ਜਾਂ ਨਹੀਂ ਹੁੰਦਾ, ਸਾਡੇ ਕੋਲੇ ਹੋਰ ਕੋਈ ਤਰੀਕਾ ਨਹੀਂ ਹੈ ਇਸ ਨੂੰ ਜਾਣਨ ਦਾ, ਸਿਵਾਏ ਜਦੋਂ ਨਤੀਜਾ ਸਾਹਮਣੇ ਆਉਂਦਾ ਹੈ, ਉਦੋਂ। ਉਸ ਤੋਂ ਪਹਿਲਾਂ ਤਾਂ ਸਿਰਫ ਇੱਕ ਇਹੀ ਹੈਗਾ ਵੀ ਇੱਕ ਪਰਸੈਪਸ਼ਨ ਹੈਗਾ, ਹਾਂਜੀ, ਇੱਕ ਗੈਸ ਵਰਕ ਹੈਗਾ ਵੀ ਹਾਂ ਇਹਦੇ ਨਾਲ ਐਂ ਹੋ ਜੂ, ਇਹਦੇ ਨਾਲ ਐਂ ਹੋ ਜੂ, ਇਹਦੇ ਨਾਲ ਉਹ ਹੋ ਜੂ, ਠੀਕ ਹੈ, ਇਹ ਹਿੱਸਾ ਹੈ ਸਾਡੇ। ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਚੋਣਾਂ ਨੂੰ, ਮੈਂ ਦੂਜੇ ਸ਼ਬਦਾਂ 'ਚ ਕਹਿ ਰਿਹਾ ਹੈਗਾ, ਚੋਣਾਂ ਨੂੰ ਇੱਕ ਐਂਟਰਟੇਨਮੈਂਟ ਵੀ ਦਿੰਦੀਆਂ, ਇੱਕ ਐਂਟਰਟੇਨਮੈਂਟ, ਲੋਕੀ ਸਵਾਦ ਲੈਂਦੇ ਨੇ ਇਸ ਗੱਲ ਦਾ ਵੀ ਫਲਾਣੇ ਨੇ ਕਹਿਤਾ, ਫਲਾਣੇ ਨੇ ਕਹਿਤਾ, ਢਿਮਕੇ ਨੇ ਕਹਿਤਾ, ਬਾਅਦ 'ਚ ਉਹੀ ਜਿਹਦੇ ਉਹੀ। ਹੁਣ ਬਹੁਤ ਸਾਰੇ ਲੋਕ ਇਹੋ ਨੇ ਜਿਹਨਾਂ ਦੇ ਕੇਸਿਸ ਚੱਲਦੇ ਨੇ, ਜਿਹਨਾਂ ਨੇ ਪਿਛਲੇ ਸਮੇਂ 'ਚ ਇੱਕ ਦੂਜੇ ਨੂੰ ਗਾਲਾਂ ਕੱਢੀਆਂ, ਉਹ ਜੱਫੀਆਂ। ਇਹੀ ਰਵਨੀਤ ਸਿੰਘ ਬਿੱਟੂ ਔਰ ਰਾਜਾ ਵੜਿੰਗਾ, ਪਿਛਲੇ ਦਿਨਾਂ 'ਚ ਲੁਧਿਆਣੇ ਇੱਕ ਬੜੀ ਵੀਡੀਓ ਵਾਇਰਲ ਹੋਈ ਸੀਗੀ, ਕੋਈ ਭਜਨ ਗਾਇਕ ਆਏ ਸੀ ਪੰਜਾਬ ਤੋਂ ਬਾਹਰ ਦੇ ਕਿਸੇ ਜਾਗਰਣ ਦੇ ਵਿੱਚ, ਤੇ ਇਹ ਜੱਫੀ ਪਾਉਂਦੇ ਹੋਏ ਨਜ਼ਰ ਆਏ ਸੀਗੇ, ਉੱਥੇ ਜੱਫੀ। ਹੁਣ ਤੁਸੀਂ ਦੱਸੋ ਕੋਈ ਮੇਲ ਹੈ ਇਸ ਚੀਜ਼ ਦਾ, ਲੇਕਿਨ ਇਟ ਹੈਜ਼ ਹੈਪਨਡ। ਤੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ, ਹੁਣ ਕਮਲਜੀਤ ਬਰਾੜ, ਇਹਨਾਂ ਦੇ ਪਿਤਾ ਹੈਗੇ ਨੇ ਦਰਸ਼ਨ ਸਿੰਘ ਬਰਾੜ, ਪੁਰਾਣੇ ਕਾਂਗਰਸੀ ਨੇਤਾ ਨੇ, MLA ਰਹੇ, ਠੀਕ ਹੈ ਜੀ। ਔਰ ਕਮਲਜੀਤ ਬਰਾੜ ਜਿਹੜੀ ਹੈਗੇ ਇਹਨਾਂ ਦਾ ਸ਼ੁਰੂ ਤੋਂ ਇਹਨਾਂ ਨੂੰ ਵੀ ਸੀਗਾ ਵੀ ਭਾਈ ਜੇ ਸਾਡਾ ਬਣਦਾ ਹਿੱਸਾ ਸਾਨੂੰ ਨਹੀਂ ਮਿਲ ਰਿਹਾ, ਮਾਨ ਸਨਮਾਨ ਉਹ ਟਿਕਟ ਵਗੈਰਾ ਜੋ ਦੂਜਾ ਤੀਜਾ ਉਹ ਨਹੀਂ ਹੈ, ਯੰਗ ਹੈਗੇ ਨੇ, ਠੀਕ ਹੈ ਜੀ। ਤਾਂ ਇਹਨਾਂ ਦਾ ਉਹਨਾਂ ਦੇ ਦਿਨਾਂ ਦੇ ਵਿੱਚ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ, ਤਾਂ ਇਹਨਾਂ ਦੇ ਆਪਣੇ ਕ੍ਰਸ਼ਰ ਸੀਗੇ, ਸਟੋਨ ਕ੍ਰਸ਼ਰ, ਜਿਹੜਾ ਰੇਤਾ ਬਣਾਉਂਦੇ ਹੈਗੇ, ਪੱਥਰ ਕੱਢਦੇ ਨੇ ਨਾ, ਕ੍ਰਸ਼ਿੰਗ ਵਾਲਾ, ਉਹ ਸੀਗਾ।
ਤੇ ਉਹਦੇ ਤੇ ਵੀ ਇੱਕ ਵਿਵਾਦ ਜਿਹੜਾ ਹੈਗਾ ਉਹ ਖੜਾ ਹੋਇਆ ਸੀਗਾ। ਲੇਕਿਨ ਉਸ ਤੋਂ ਬਾਅਦ ਇਹਨਾਂ ਨੂੰ ਉਹ ਸਿਆਸੀ ਜ਼ਮੀਨ ਜਿਹੜੀ ਹੈਗੀ ਆ ਉਹ ਨਹੀਂ ਮਿਲ ਸਕੀ ਜਿਹੜੀ ਇਹ ਚਾਹੁੰਦੇ ਸੀਗੇ। ਮੇਰੇ ਮੇਰੇ ਪਿਤਾ ਜਿਹੜੇ ਹੈਗੇ ਨੇ ਉਹ ਕਾਂਗਰਸ ਨੇਤਾ ਨੇ, ਇਸ ਕਰਕੇ ਬਈ ਮੇਰਾ ਵੀ ਹੱਕ ਹੈਗਾ, ਮੈਨੂੰ ਘੱਟੋ ਘੱਟ ਉਹਨਾਂ ਦਾ ਜਿਹੜਾ ਹਲਕਾ ਹੈਗਾ ਬਾਘਾ ਪੁਰਾਣਾ ਪੰਜ ਗ੍ਰਾਈ ਵਾਲਾ ਜਿਹੜਾ ਸਾਰਾ ਬੈਲਟ ਹੈਗੀ ਆ ਜਿੱਥੇ ਉਹਨਾਂ ਦਾ ਪ੍ਰਭਾਵ ਦਰਸ਼ਨ ਸਿੰਘ ਬਰਾੜ ਹੋਰਾਂ ਦਾ ਹੈਗਾ ਸੀ, ਹੁਣ ਹੈ ਕਿ ਨਹੀਂ ਹੈ ਮੈਨੂੰ ਨਹੀਂ ਲੱਗਦਾ ਹੈਗਾ ਕੋਈ ਬਚਿਆ ਹੋਇਆ, ਉਹ ਚੀਜ਼ ਇਹਨਾਂ ਦੇ ਕੋਲੇ ਨਹੀਂ ਆਈ ਹੈਗੀ। ਸੋ ਉਹ ਵੀ ਕਾਂਗਰਸ ਪਾਰਟੀ ਦੇ ਅੰਦਰੂਨੀ ਜਿਹੜੀ ਖਿੱਚੋਤਾਣ ਹੈਗੀ ਹੈ, ਖਹਿਬਾਜ਼ੀ ਹੈ, ਗੁੱਟਬਾਜ਼ੀ ਹੈ, ਉਸੇ ਦਾ ਹੀ ਇੱਕ ਨਤੀਜਾ ਹੈਗਾ ਜਿਹੜਾ ਕਮਲਜੀਤ ਬਰਾੜ ਭੋਗ ਰਹੇ ਨੇ। ਔਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਕਰਨਗੇ, ਕਿਉਂਕਿ ਲੋਕ ਜਿਹੜੇ ਹੁੰਦੇ ਨੇ, ਦੇਖੋ ਮੈਂ ਜਦੋਂ ਵੀ ਵਿਸ਼ਲੇਸ਼ਣ ਕਰਦਾ ਹਾਂ ਤਾਂ ਮੈਂ ਇਸ ਆਧਾਰ ਤੇ ਨਹੀਂ ਕਰਦਾ ਕਿ ਬਈ ਕਿਸੇ ਨੇਤਾ ਨੇ ਕਿਸੇ ਦੇ ਖਿਲਾਫ਼ ਕੀ ਬਿਆਨ ਦਿੱਤਾ, ਮੈਂ ਇਹ ਦੇਖਦਾ ਜਾਂ ਹੋਰ ਵੀ ਲੋਕ ਦੇਖਦੇ ਹੋਣਗੇ ਕਿ ਬਈ ਉਹ ਜਿਹੜਾ ਚੱਲ ਰਿਹਾ ਬਿਆਨਬਾਜ਼ੀ ਉਹਨੂੰ ਲੋਕ ਕਿਸ ਤਰੀਕੇ ਦੇ ਨਾਲ ਲੈਣ ਜੀ। ਉਹ ਲੋਕਾਂ 'ਚ ਦੇਖੋ ਲੋਕੀ ਕੋਈ ਅੱਜ ਦੇ ਵੋਟ ਤਾਂ ਪਾਉਣ ਨਹੀਂ ਲੱਗੇ ਰਾਜਦੀਪ, ਲੋਕ ਤਾਂ ਕਦੋਂ ਦੇ ਸਿਆਣੇ ਹੋ ਗਏ ਵੋਟ, ਉਹਨਾਂ ਨੂੰ ਪਤਾ ਹਰ ਵਾਰੀ ਐਂ ਹੁੰਦਾ। ਲੇਕਿਨ ਅੰਤ ਦੇ ਵਿੱਚ ਲੋਕ ਆਪਣਾ ਜਿਹੜਾ ਆਪਣਾ ਆਪਣਾ ਨਿੱਜੀ ਅਨੁਭਵ ਹੈਗਾ, ਆਪਣੀ ਬੁੱਧੀ, ਆਪਣਾ ਵਿਵੇਕ, ਉਹਦੇ ਆਧਾਰ ਦੇ ਉੱਤੇ ਜਿੰਨੀ ਵੀ ਉਹਨਾਂ ਦੀ ਸਮਝ ਹੈਗੀ ਹੈ, ਜਿੰਨੀ ਕਿ ਵੀ ਉਹਨਾਂ ਦੀ ਆਪਣੀ ਅਵੇਅਰਨੈਸ ਹੈਗੀ ਹੈ, ਜਾਗਰੂਕਤਾ ਹੈਗੀ ਹੈ, ਉਸ ਆਧਾਰ ਦੇ ਉੱਤੇ ਉਹ ਵੋਟ ਪਾਉਂਦੇ ਨੇ। ਔਰ ਜਿਹੜਾ ਵੋਟ ਪਾਉਣ ਦਾ ਜਿਹੜਾ ਅੰਤਮ ਫੈਸਲਾ ਹੈ, ਇਹ ਵੋਟ ਦਾ ਜਦੋਂ EVM ਦਾ ਜਦੋਂ ਤੁਸੀਂ ਬਟਨ ਦੱਬਣਾ ਨਾ, ਉਸ ਤੋਂ 5 ਮਿੰਟ 3 ਮਿੰਟ ਪਹਿਲਾਂ ਹੀ ਡਿਸਾਈਡ ਕਰਦਾ ਬੰਦਾ ਵੀ ਮੈਂ ਆਖਿਰਕਾਰ ਪਾਵਾਂ ਕਿਹਨੂੰ ਵੋਟ। ਤਾਂ ਉੱਥੇ ਜਾ ਕੇ ਤਾਂ ਕਈ ਵਾਰੀ ਬੰਦੇ ਨੂੰ ਆਪ ਨੂੰ ਨੀ ਪਤਾ ਲੱਗਦਾ ਵੀ ਮੈਂ ਜਿਹਦੇ ਹੱਕ 'ਚ ਬੋਲਦਾ ਰਿਹਾ ਸੀਗਾ, ਦੂਜੇ ਅੰਤਮ ਮੌਕੇ ਤੇ ਆ ਕੇ ਉੱਥੇ ਤੇ ਦੱਬ ਦੇ, ਹੋਰ ਦੱਬ ਦੇਵੇ। ਇਹ ਅਕਸਰ ਏਦਾਂ ਹੁੰਦਾ ਹੈਗਾ। ਮੇਰਾ ਜਿਹੜਾ ਨਿੱਜੀ ਤਜਰਬਾ ਇੰਨੇ ਸਾਲਾਂ ਦਾ, ਮੈਂ ਕਈ ਇਲੈਕਸ਼ਨ ਪੰਜਾਬ ਤੋਂ ਬਾਹਰ ਕਵਰ ਕੀਤੇ ਨੇ, ਤਾਂ ਲੋਕ ਜਦੋਂ ਗੱਲ ਕਰਦੇ ਨੇ ਹੈਗੇ ਨਾ ਆਪਸ ਦੇ ਵਿੱਚ ਅਸੀਂ, ਤੇ ਉਹ ਦੱਸਦੇ ਹੈਗੇ ਨੇ, ਤੇ ਮੈਨੂੰ ਬੜੀ ਸਮਾਨਤਾ ਲੱਗਦੀ ਹੈ। ਮੈਂ ਹੁਣ ਜੰਮੂ ਕਸ਼ਮੀਰ, ਉੱਤਰਾਖੰਡ, ਦਿੱਲੀ, ਹਰਿਆਣਾ, ਪੰਜਾਬ 'ਚ ਮੈਂ ਗੁਜਰਾਤ ਗਿਆ ਸੀਗਾ 2022 ਦੇ ਵਿੱਚ, ਹਿਮਾਚਲ 'ਚ ਕੀਤਾ ਮੈਂ, ਤਾਂ ਮੈਂ ਦੇਖਦਾ ਹੈਗਾ ਕਿ ਵੀ ਇਹ ਲੋਕ ਇੱਕੋ ਜਿਹੇ ਸੋਚਦੇ ਸਾਰੇ ਬੰਦੇ, ਠੀਕ ਹੈ ਨਾ। ਉਹ ਫੈਸਲਾ ਅੰਤਮ ਫੈਸਲਾ ਹੋ, ਔਰ ਪੰਜਾਬ 'ਚ ਇਸ ਵੇਲੇ ਜਿਹੜੀ ਸਿਚੁਏਸ਼ਨ ਉਹ ਤਾਂ ਇੱਦਾਂ ਦੀ ਹੈਗੀ ਬਣੀ ਹੋਈ ਵੀ ਕੁਛ ਪਤਾ ਨਹੀਂ ਲੱਗਦਾ ਗਾ, ਨੇਤਾ ਨੇਤਾ ਜਿਹੜੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਧਰ। ਸੋ ਕਮਲਜੀਤ ਬਰਾੜ ਤੇ ਵਾਪਸ ਆਉਂਦਾ ਹੈ ਕਿ ਵੀ ਇਹ ਵੀ ਇਹਨਾਂ ਨੂੰ ਵੀ ਲੱਗਿਆ ਵੀ ਆਹ ਮੌਕਾ ਹੈ ਆਪਣੀ ਨਾਰਾਜ਼ਗੀ ਨੂੰ ਜਿਤਾਉਣ ਦਾ, ਇਸ ਗੱਲ ਦਾ। ਮੰਨ ਲਓ ਜੇ ਹਾਰ ਜਾਂਦੇ ਹੈਗੇ, ਰਾਜਾ ਵੜਿੰਗ ਹਾਰ ਜਾਂਦਾ ਜਾਂ ਕਾਂਗਰਸ ਹਾਰ ਜਾਂਦੀ ਹੈ, ਤਾਂ ਇਹ ਕਹਿ ਸਕਦੇ ਨੇ ਕਿ ਵੀ ਹਾਂ ਜੀ ਇਹ ਮੇਰੇ ਕਰਕੇ। ਜੇ ਮੈਂ ਸਿਮਰਜੀਤ ਬੈਂਸ ਦੀ ਗੱਲ ਕੀਤੀ ਵੀ ਜੇ ਕਾਂਗਰਸ ਜਿੱਤ ਗਈ, ਉਹਨਾਂ ਕਹਿ ਦੇਖਿਆ ਮੈਂ ਵੀਡੀਓ ਕੀਤੀ ਸੀ ਵਾਇਰਲ, ਉਹਦੇ ਕਰਕੇ ਜਿਹੜਾ ਹੈਗਾ ਰਵਨੀਤ ਬਿੱਟੂ ਜਿਹੜੇ ਹਾਰ ਗਏ BJP ਹਰਾ ਦਿੱਤੀ। ਸੋ ਇਸ ਕਿਸਮ ਦੀਆਂ ਜਿਹੜਾ ਗਣਿਤ ਹੈਗਾ, ਜੋੜ ਤੋੜ ਹੈਗਾ, ਹਰ ਕੋਈ ਬੰਦਾ ਜਿਹੜਾ ਨੇਤਾ ਹੈਗਾ ਉਹ ਬਣਾਉਂਦਾ। ਔਰ ਮੈਨੂੰ ਨਹੀਂ ਲੱਗਦਾ ਕਿ ਕਮਲਜੀਤ ਬਰਾੜ ਦੀ ਕੋਈ ਇੰਨੀ ਜ਼ਿਆਦਾ ਦਿੱਖ ਹੈਗੀ ਉਹਨਾਂ ਨੂੰ, ਬਹੁਤ ਲੋਕ ਪਾਰਟੀ ਦੇ ਵਿੱਚ ਤਾਂ ਜਾਣਦੇ ਨੇ ਲੇਕਿਨ ਉਦੋਂ ਬਾਅਦ ਉਹਨਾਂ ਦੀ ਕੋਈ ਪਛਾਣ ਹੈ ਨਹੀਂ, ਤੇ ਉਹਨਾਂ ਦੇ ਇੱਦਾਂ ਕਰਨ ਦੇ ਨਾਲ ਕੋਈ ਫਰਕ ਪਵੇਗਾ ਮੈਨੂੰ ਨਹੀਂ ਲੱਗਦਾ ਜੀ। ਜੀ ਰਾਜੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਅੱਜ ਇੰਨਾ ਆਪਦਾ ਕੀਮਤੀ ਸਮਾਂ ਦਿੱਤਾ ਅਤੇ ਬਹੁਤ ਵਧੀਆ ਸਾਡੇ ਦਰਸ਼ਕਾਂ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜੇ ਸਿਆਸਤ ਨੂੰ ਲੈ ਕੇ ਜਿਹੜੇ ਵੱਖੋ ਵੱਖਰੇ ਸਮੀਕਰਨ ਆ ਰਹੇ ਸੀਗੇ ਜਾਂ ਵੱਖੋ ਵੱਖਰੀਆਂ ਗੱਲਾਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਵਿਸਤਾਰ ਦੇ ਨਾਲ, ਡੂੰਘਾਈ ਦੇ ਨਾਲ ਤੁਸੀਂ ਜਿਹੜਾ ਚਾਨਣ ਪਾਇਆ ਹੈਗਾ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ। ਜੀ ਸ਼ੁਕਰੀਆ ਜੀ, ਧੰਨਵਾਦ।